ਸਤਿਗੁਰ ਆਗਿਆ ਸੀਸ ਭੇਟ ਦਿਓ, ਸਤਿਗੁਰ ਆਗਿਆ ਸੀਸ ਭੇਟ ਦਿਓ, ਸਤਿਗੁਰ ਆ ਗਏ ਸੀਸ ਭੇਟ ਦਿਓ। ਜੇ ਸਤਿਗੁਰ ਸਾਚੇ ਪਾਵੇ, ਜੇ ਸਤਿਗੁਰ ਸਾਚੇ ਪਾਵੇ, ਜੇ ਸਤਿਗੁਰ ਸਾਚੇ ਪਾਵੇ, ਜੇ ਸਤਿਗੁਰ ਸਾਚੇ ਪਾਵੇ, ਸਤਿਗੁਰ ਆ ਗਏ ਸੀਸ ਭੇਟ ਦਿਓ, ਸਤਿਗੁਰ ਆ ਗਏ ਸੀਸ ਭੇਟ ਦਿਓ, ਸੀਸ ਭੇਟ ਦਿਓ।
ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਅਸਥਾਨ ਉੱਤੇ ਬਹੁਤ ਲੰਮਾ ਸਮਾਂ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਮਹਾਨ ਤਪੱਸਿਆ ਕੀਤੀ, ਮਹਾਨ ਘਾਲਣਾ ਘਾਲੀ ਹੈ ਔਰ ਉਹਨਾਂ ਦੀ ਯਾਦ ਵਿੱਚ ਬੜੀ ਸੁੰਦਰ ਬੌਲੀ ਸਾਹਿਬ ਵੀ ਸੁਭਾਏਮਾਨ ਹੈ ਔਰ ਬੌਲੀ ਸਾਹਿਬ ਜੀ ਦੇ ਜਲ ਦੀ ਗਾਗਰ ਭਰ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਆਪਣੇ ਵੱਲੋਂ ਇਹ ਬੇਨਤੀ ਰੂਪ ਵਿੱਚ ਬਾਬਾ ਜੀ ਨਾਲ ਬਚਨ ਕੀਤਾ, ਸਤਿਗੁਰਾਂ ਨਾਲ ਬਚਨ ਕੀਤਾ। ਕਹਿਣ ਲੱਗੇ, ਤੁਸੀਂ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਅੰਮ੍ਰਿਤ ਸਰੋਵਰ ਨੂੰ ਪੱਕਿਆਂ ਕਰਵਾਉਣ ਦੀ ਸੇਵਾ ਕਰਵਾ ਰਹੇ ਹੋ। ਜਿੱਥੇ ਬੇਅੰਤ ਸੰਗਤਾਂ ਨੇ ਉਸ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ, ਸਾਡੇ ਵੱਲੋਂ ਇਹ ਜਲ ਦੀ ਗਾਗਰ ਲਿਜਾ ਕੇ ਸਾਡੀ ਸੇਵਾ ਵੀ ਉਸ ਸਰੋਵਰ ਦੇ ਵਿੱਚ ਪਾ ਕੇ ਸਾਡੀ ਸੇਵਾ ਵੀ ਪ੍ਰਵਾਨ ਕਰੋ ਤਾਂ ਸਤਿਗੁਰੂ ਮਹਾਰਾਜ ਜੀ ਉਹ ਜਲ ਦੀ ਗਾਗਰ ਲੈ ਕੇ ਗਏ। ਜਦੋਂ ਸਰੋਵਰ ਪੱਕਿਆਂ ਕਰਕੇ ਸੰਪੂਰਨ ਕੀਤਾ, ਉਦੋਂ ਉਹ ਜਲ ਦੀ ਗਾਗਰ ਦੂਸਰੇ ਜਲ ਦੇ ਨਾਲ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਲ ਵਿੱਚ ਸ਼ਾਮਿਲ ਕੀਤੀ। ਬਾਬਾ ਜੀ ਦੀ ਸੇਵਾ ਦਾ ਹਿੱਸਾ ਆਪ ਜੀ ਨੇ ਅੰਗੀਕਾਰ ਕੀਤਾ। ਸੋ ਸਾਧ ਸੰਗਤ ਜੀ, ਐਸੇ ਮਹਾਨ ਪਰਮ ਪਵਿੱਤਰ ਇਤਿਹਾਸਕ ਅਸਥਾਨ 'ਤੇ ਆਪਾਂ ਜੁੜ ਕਰਕੇ ਹਫ਼ਤਾਵਾਰੀ ਸੰਗਤਾਂ ਵਿਸ਼ੇਸ਼ ਤੌਰ 'ਤੇ ਹਰ ਐਤਵਾਰ ਨੂੰ ਇਸ ਅਸਥਾਨ 'ਤੇ ਗੁਰਦਾਸਪੁਰ, ਪਠਾਨਕੋਟ, ਬਲਕਿ ਦੂਰੋਂ ਦੂਰੋਂ, ਬਹੁਤ ਦੂਰੋਂ ਸਾਰਾ ਇਲਾਕਾ ਇਸ ਪਾਵਨ ਅਸਥਾਨ 'ਤੇ ਆ ਕੇ ਦਰਸ਼ਨ ਕਰਦਾ ਹੈ, ਹਾਜ਼ਰੀਆਂ ਭਰਦਾ ਹੈ। ਦੇਸ਼ਾਂ ਔਰ ਪ੍ਰਦੇਸ਼ਾਂ ਤੋਂ ਬੇਅੰਤ ਸੰਗਤਾਂ ਆ ਕੇ ਦਰਸ਼ਨ ਦੀਦਾਰ ਕਰਦੀਆਂ ਹਨ ਔਰ ਇਸ ਅਸਥਾਨ ਤੋਂ ਮਨ ਇੱਛਤ ਦਾਤਾਂ ਵੀ ਪ੍ਰਾਪਤ ਕਰਦੀਆਂ ਹਨ। ਮੱਸਿਆ ਨੂੰ ਸਪੈਸ਼ਲ ਤੌਰ 'ਤੇ, ਖਾਸ ਤੌਰ 'ਤੇ ਇੱਥੇ ਬਹੁਤ ਭਾਰੀ ਜੋੜ ਮੇਲੇ ਲੱਗਦੇ ਹੈ, ਉਹਨਾਂ ਜੋੜ ਮੇਲਿਆਂ 'ਤੇ ਵੀ ਬੇਅੰਤ ਸੰਗਤਾਂ ਹਾਜ਼ਰੀ ਭਰਦੀਆਂ ਹਨ। ਸੋ ਸਾਧ ਸੰਗਤ ਜੀ, ਇਸ ਅਸਥਾਨ ਦਾ ਸਮੁੱਚਾ ਪ੍ਰਬੰਧ ਸਿੱਖ ਪੰਥ ਦੀ ਖਾਸ ਨੁਮਾਇੰਦਾ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਨੁਸਾਰ ਚੱਲ ਰਿਹਾ ਹੈ ਔਰ ਇੱਥੋਂ ਦੇ ਮੈਨੇਜਰ ਸਤਿਕਾਰਯੋਗ ਸਰਦਾਰ ਨਿਸ਼ਾਨ ਸਿੰਘ ਜੀ ਨੇ ਪਿਛਲੇ ਸਾਲ ਦੀ ਤਰ੍ਹਾਂ ਇਹ ਉਪਰਾਲਾ ਕੀਤਾ ਕਿ ਜੋ 1984 ਦੇ ਵਿੱਚ, ਜੂਨ 1984 ਦੇ ਵਿੱਚ ਉਸ ਸਮੇਂ ਦੀ ਜ਼ਾਲਮ ਹਕੂਮਤ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ 'ਤੇ ਤੋਪਾਂ ਟੈਂਕਾਂ ਦੇ ਨਾਲ ਭਿਆਨਕ ਹਮਲਾ ਕੀਤਾ ਗਿਆ, ਜਿਸ ਹਮਲੇ ਦੌਰਾਨ ਆਪਣੇ ਪਿਆਰੇ ਗੁਰਧਾਮਾਂ ਦੀ ਰੱਖਿਆ ਲਈ, ਖਾਲਸਾ ਪੰਥ ਦੀ ਆਨ ਸ਼ਾਨ ਦੀ ਖਾਤਰ ਦਮਦਮੀ ਟਕਸਾਲ ਦੇ 14ਵੇਂ ਮੁਖੀ ਕਥਨੀ ਕਰਨੀ ਦੇ ਪੂਰੇ ਸੂਰੇ ਸੂਰਬੀਰ ਮਹਾਬਲੀ ਯੋਧੇ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਔਰ ਉਹਨਾਂ ਦੀ ਅਗਵਾਈ ਹੇਠ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ, ਜਨਰਲ ਸਰਦਾਰ ਸੁਬੇਗ ਸਿੰਘ ਜੀ, ਜਥੇਦਾਰ ਬਾਬਾ ਠਾਰਾ ਸਿੰਘ ਜੀ,
ਅਣਗਿਣਤ ਸਿੰਘਾਂ ਨੇ ਜੂਝ ਕੇ ਮਹਾਨ ਸ਼ਹੀਦੀਆਂ ਦਿੱਤੀਆਂ। ਉਹਨਾਂ ਸ਼ਹੀਦਾਂ ਦੀ ਯਾਦ ਵਿੱਚ 1 ਅਪ੍ਰੈਲ ਤੋਂ ਸ਼ਹੀਦੀ ਸਮਾਗਮਾਂ ਦੀ ਲੜੀ ਆਰੰਭ ਹੋ ਜਾਂਦੀ ਹੈ। ਔਰ ਇਹ ਸਾਰਾ ਮਹੀਨਾ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਸਮਾਗਮਾਂ ਦੀ ਲੜੀ ਚੱਲਦੀ ਹੈ। ਔਰ 1 ਮਈ ਤੋਂ ਲੈ ਕੇ 6 ਜੂਨ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਜ਼ਿਲ੍ਹੇ ਵਿੱਚ ਔਰ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਵੀ ਇਹਨਾਂ ਗੁਰਮਤਿ ਸ਼ਹੀਦੀ ਸਮਾਗਮਾਂ ਦਾ ਪ੍ਰਵਾਹ ਚੱਲਦਾ ਹੈ। ਅੱਜ 2 ਵਜੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਵਿਸ਼ੇਸ਼ ਮਈ ਦੇ ਸਮਾਗਮਾਂ ਦੀ ਇਕੱਤਰਤਾ ਵੀ ਹੈ ਔਰ ਉੱਥੇ ਉਹ ਸਾਰੇ ਪ੍ਰੋਗਰਾਮ ਮਈ ਦੇ ਮਹੀਨੇ ਦੇ ਉਲੀਕੇ ਜਾਣੇ ਹਨ। ਇਹ ਸਮਾਗਮ 1 ਦਿਨ ਦਾ ਸ਼ਹੀਦੀ ਸਮਾਗਮ ਇਸ ਅਸਥਾਨ 'ਤੇ ਰੱਖਿਆ ਗਿਆ ਹੈ ਔਰ ਆਪ ਸੰਗਤਾਂ ਨੇ ਇਸ ਅਸਥਾਨ ਦੇ ਹਜ਼ੂਰੀ ਰਾਗੀ ਜਥੇ ਤੋਂ ਬਹੁਤ ਹੀ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਗੁਰ ਇਤਿਹਾਸ ਦੀ ਕਥਾ ਸੁਣੋ, ਕਿਉਂਕਿ ਗੁਰ ਇਤਿਹਾਸ ਦੀ ਕਥਾ ਇਹਨਾਂ ਸ਼ਹੀਦੀ ਸਮਾਗਮਾਂ ਦੇ ਅੰਦਰ ਲੜੀਵਾਰ ਨਿਰੰਤਰ ਚੱਲ ਰਹੀ ਹੈ। ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਜਿਹੜੇ ਨਾਮੀ ਗੁਰਸਿੱਖ ਆਏ, ਜਿਨ੍ਹਾਂ ਦਾ ਇਤਿਹਾਸ ਵਿੱਚ ਵੇਰਵਾ ਮਿਲਦਾ ਹੈ। ਔਰ ਭਾਈ ਗੁਰਦਾਸ ਜੀ ਨੇ 11ਵੀਂ ਵਾਰ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਜੀ ਤੱਕ ਜਿਹੜੇ ਜਿਹੜੇ ਸਿੱਖ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਏ, ਉਹਨਾਂ ਦਾ ਸਾਰਾ ਜ਼ਿਕਰ ਕੀਤਾ। ਔਰ ਅਮਰ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਉਹਨਾਂ ਗੁਰਸਿੱਖਾਂ ਦੀਆਂ ਜੋ ਬੇਨਤੀਆਂ ਸਨ, ਜੋ ਗੁਰੂ ਸਾਹਿਬ ਨੇ ਉੱਤਰ ਦਿੱਤੇ, ਸੰਖੇਪ ਰੂਪ ਵਿੱਚ ਸਿੱਖਾਂ ਦੀ ਭਗਤ ਮਾਲਾ ਨਾਮ ਦੇ ਬੜੇ ਸੁੰਦਰ ਗ੍ਰੰਥ ਦੇ ਵਿੱਚ ਉਹ ਸਾਰਾ ਵਾਕਿਆਤ, ਉਹ ਸਾਰਾ ਇਤਿਹਾਸ ਹੱਥੀਂ ਆਪ ਲਿਖ ਕਰਕੇ ਦਰਜ ਕੀਤਾ। ਔਰ ਅੱਗੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣ ਕਵੀ, ਜਿਨ੍ਹਾਂ ਨੇ ਗੁਰ ਇਤਿਹਾਸ ਵਿੱਚ ਉਹ ਸਾਰੇ ਪ੍ਰਸੰਗ ਬਹੁਤ ਸੁੰਦਰ, ਬੜੀ ਭਾਵਨਾ ਨਾਲ, ਸ਼ਰਧਾ ਨਾਲ ਅੰਕਿਤ ਕੀਤੇ ਹੈ। ਸੋ ਉਹਨਾਂ ਪ੍ਰਸੰਗਾਂ ਦੇ ਵਿੱਚੋਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਜਿਹੜੇ ਜਿਹੜੇ ਸਿੱਖ ਆਏ, ਜਿਵੇਂ ਜਿਵੇਂ ਗੁਰੂ ਸਾਹਿਬ ਨੇ ਉਹਨਾਂ ਨੂੰ ਉਪਦੇਸ਼ ਦਿੱਤੇ, ਉਹਨਾਂ ਦੀ ਕਥਾ ਲੜੀਵਾਰ ਚੱਲ ਰਹੀ ਹੈ। ਅੱਗੇ ਪ੍ਰਸੰਗ ਆਰੰਭ ਹੋ ਰਿਹਾ ਹੈ। 16 ਗੁਰਸਿੱਖ, 2 ਹੋਰ ਸਿੱਖ, ਭਾਈ ਭਿੱਖਾ ਔਰ ਭਾਈ ਟੋਡਾ, ਇਹ ਕੁੱਲ 18 ਸਿੱਖ ਹਨ ਜਿਹੜੇ ਸਤਿਗੁਰੂ ਜੀ ਦੇ ਚਰਨਾਂ 'ਚੋਂ ਸੁਲਤਾਨਪੁਰ ਸਾਹਿਬ ਤੋਂ ਚੱਲ ਕੇ ਆਏ ਹੈ। ਉਹਨਾਂ ਦੀ ਕਥਾ ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ। ਸਤਿਗੁਰਾਂ ਦਾ ਧਿਆਨ ਧਾਰ ਕੇ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਜੀ ਦੇ ਚਰਨਾਂ ਵਿੱਚ ਮਨ ਨੂੰ, ਸੁਰਤ ਨੂੰ ਲਿਵਲੀਨ ਕਰਕੇ ਸਾਰੀ ਸੰਗਤ, ਸਾਧ ਸੰਗਤ ਜੀ, ਕੋਈ ਰਸਨਾ ਖਾਲੀ ਨਾ ਰਹੇ। ਇੱਕ ਵਾਰੀ ਸਾਰੇ ਗੱਡ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀਓ। ਦੋਹਰਾ ਕਾਲੂ ਚਾਉ ਬੰਮੀਆ, ਭਾਈ ਕਾਲੂ ਅਤੇ ਭਾਈ ਚਾਊ ਇਹ ਬੰਮੀਆਂ ਜਾਤੀ ਦੇ ਸਿੱਖ ਹਨ। ਗੋਇੰਦ ਘੇਈ ਆਨ, ਔਰ ਤੀਜਾ ਭਾਈ ਗੋਇੰਦ ਜੋ ਘੇਈ ਜਾਤੀ ਦਾ ਹੈ, ਘੇਈ ਭਾਈ ਅੜਾਵੀ ਨੂੰ ਕਿਹਾ ਗਿਆ ਹੈ। ਔਰ ਇਹ ਗੋਇੰਦ ਘੇਈ ਜਾਤੀ ਦੇ ਵਿੱਚੋਂ ਜਾਣਨਾ ਕਰੋ।
ਮੂਲਾ ਹੇਮ ਕਪਾਹੀਆ, ਤੀਜਾ ਮੂਲਾ ਚੌਥਾ ਹੇਮ, ਇਹ ਕਪਾਹੀਆ ਜਾਤੀ ਹੈ। ਖੱਤਰੀਆਂ ਔਰ ਬ੍ਰਾਹਮਣਾਂ ਦੀਆਂ ਕੁਲਾਂ ਦੇ ਵਿੱਚੋਂ, ਦੂਸਰੀਆਂ ਕੁਲਾਂ ਦੇ ਵਿੱਚੋਂ ਜਿਵੇਂ ਜਿਵੇਂ ਸਿੱਖ ਆਏ ਉਹਨਾਂ ਦੇ ਪ੍ਰਸੰਗਾਂ ਵਿੱਚ ਉਹਨਾਂ ਦੀਆਂ ਕੁਲਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਤੀਜਾ ਭਾਈ ਮੂਲਾ, ਚੌਥਾ ਹੇਮ, ਇਹ ਕਪਾਹੀਆ ਜਾਤੀ ਦੇ ਵਿੱਚੋਂ ਹਨ। ਧਾਰੋ ਸੂਰ ਮਹਾਨ, ਔਰ ਭਾਈ ਧਾਰੋ ਪੰਜਵਾਂ, ਇਸ ਕਰਕੇ ਇਹ ਬੜੇ ਭਾਰੀ ਸੂਰਬੀਰ ਯੋਧੇ ਬਹਾਦਰ ਸੂਰਮੇ ਹਨ। ਚੌਪਈ ਸੱਜੂ ਨਿਹਾਲੂ ਦੋਨੋਂ ਭਲੇ, ਔਰ ਇਸੇ ਤਰ੍ਹਾਂ ਸਾਧ ਸੰਗਤ ਜੀ, ਛੇਵਾਂ ਭਾਈ ਛੱਜੂ, ਸੱਤਵਾਂ ਭਾਈ ਨਿਹਾਲੂ, ਇਹ ਦੋਨੋਂ ਭਲੇ ਚੰਗੇ ਸੁਭਾਅ ਵਾਲੇ ਪ੍ਰੇਮੀ ਗੁਰਸਿੱਖ ਹਨ। ਉਦੋਂ ਗੋਹਲੀ ਰਾਮੂ ਮਿਲੇ, ਔਰ ਇਸੇ ਤਰ੍ਹਾਂ ਸਾਧ ਸੰਗਤ ਜੀ, ਭਾਈ ਰਾਮੂ ਜੋ ਕੋਹਲੀ ਜਾਤੀ ਦੇ ਵਿੱਚੋਂ ਹੈ, ਇਹ ਵੀ ਮਿਲ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਨ ਆਏ ਹੈ। ਤੁਲਸਾ ਬਹੁਰਾ ਸਾਈਂ ਦਿੱਤਾ, ਔਰ ਇਸੇ ਤਰ੍ਹਾਂ ਭਾਈ ਤੁਲਸਾ, ਬਹੁਰਾ ਅਤੇ ਸਾਈਂ ਦਿੱਤਾ, ਇਹ ਸਿੱਖਾਂ ਦੇ ਨਾਮ ਹਨ। ਆਕਲ ਅਰਦਾ ਮੋਦਰ ਮਿੱਤਾ, ਅਤੇ ਆਕਲ ਅਤੇ ਦਮੋਦਰ, ਇਹ ਮੈਤਰੀ ਭਾਵ ਨੂੰ ਰੱਖਣ ਵਾਲੇ ਗੁਰੂ ਕੇ ਪਿਆਰੇ ਸਿੱਖ ਹੈ। ਵਿਗਹ ਮਲ ਔਰ ਆਵਲ ਭਾਨਾ, ਔਰ ਵਿਗਹ ਮਲ ਅਤੇ ਆਵਲ ਔਰ ਭਾਨਾ, ਇਹ ਇੱਥੋਂ ਤੱਕ 15 ਸਿੱਖਾਂ ਦੇ ਨਾਵਾਂ ਦੀ ਗਿਣਤੀ ਹੋਈ ਹੈ। ਦੁੱਧੂ ਸ਼ਿੰਬਾ ਆਏ ਸੁਜਾਨਾ, ਭਗਤ ਨਾਮਦੇਵ ਜੀ ਦੀ, ਉਹ ਸ਼ਿੰਬਾ ਜਾਤੀ ਦੇ ਵਿੱਚੋਂ ਭਾਈ ਬੁੱਧੂ ਜੀ, ਬੜੇ ਸਿਆਣੇ ਸੂਝਵਾਨ ਐਸੇ ਗੁਰਮੁਖ, ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਦਰਸ਼ਨ ਕਰਨ ਆਏ ਹੈ। 16 ਨਾਮ ਇੱਥੋਂ ਤੱਕ ਹੋਏ ਹੈ। ਭਿਖਾ ਟੋਡਾ ਜੁਗ ਭੱਟ ਅਹੇ, ਔਰ ਦੋ ਸੂਰਮੇ ਭੱਟ ਜਿਹੜੇ ਹੈ, ਇਹ ਭਿਖਾ ਤੇ ਟੋਡਾ ਦੋ ਹੋਰ ਵੀ ਨਾਲ ਇਹਨਾਂ ਦੇ ਆਏ ਹੈ। ਤਿੰਨ ਸੰਗ ਮਿਲੇ ਜੋ ਖੋੜਸ ਕਹੇ, ਜਿਹੜੇ ਪਹਿਲਾਂ ਭਾਈ ਬੁੱਧੂ ਤੱਕ 16 ਦਾ ਜ਼ਿਕਰ ਕੀਤਾ ਹੈ, ਉਹਨਾਂ 16 ਦੇ ਨਾਲ ਦੋ ਹੋਰ ਮਿਲ ਕੇ ਇਹ ਲਗਭਗ 18 ਸਿੱਖਾਂ ਦੀ ਗਿਣਤੀ ਬਣਦੀ ਹੈ। ਇਹ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਏ ਹਨ। ਸਭ ਸੁਲਤਾਨਪੁਰੇ ਕੇ ਵਾਸੀ, ਇਹ ਸਾਰੇ ਸੁਲਤਾਨਪੁਰ ਸਾਹਿਬ, ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਨੇ 13-13 ਕਹਿ ਕੇ ਗਰੀਬਾਂ ਦੀਆਂ ਝੋਲੀਆਂ ਭਰੀਆਂ, ਔਰ ਜਿੱਥੇ ਧੰਨ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਦਾ ਆਗਮਨ ਹੋਇਆ, ਉਸ ਅਸਥਾਨ ਤੋਂ ਸੁਲਤਾਨਪੁਰ ਸਾਹਿਬ ਦੇ ਵਸਣ ਵਾਲੇ ਉੱਥੋਂ ਦੇ ਵਸਨੀਕ ਹਨ। ਚੱਲ ਆਏ ਸ਼੍ਰੀ ਅਰਜਨ ਪਾਸੀ, ਇਹ ਚੱਲ ਕੇ ਧੰਨ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਦਰਸ਼ਨ ਕਰਨ ਆਏ ਹੈ। ਬੰਦਨ ਕੀਨ ਕਮਲ ਸਮ ਪਾਏ ਨਾ, ਕਮਲ ਸਰੀਖੇ ਚਰਨਾਂ ਦੇ ਉੱਤੇ ਆ ਕੇ ਇਹਨਾਂ ਨੇ ਬੜੀ ਸ਼ਰਧਾ ਦੇ ਨਾਲ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਜਥਾ ਸ਼ਕਤ ਧਰ ਅਗਰ ਉਪਾਏ ਨਾ, ਜਿੰਨੀ ਕੁ ਸ਼ਕਤੀ ਸਮਰੱਥਾ ਹੈ ਉਸ ਅਨੁਸਾਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਭੇਟਾ ਰੱਖ ਕੇ ਮੱਥਾ ਟੇਕਿਆ। ਹੱਥ ਜੋੜ ਅਰਦਾਸ ਉਚਾਰੀ, ਹੱਥ ਜੋੜ ਕੇ ਇਹਨਾਂ ਸਿੱਖਾਂ ਨੇ ਬੇਨਤੀ ਕੀਤੀ ਹੈ ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ। ਹਮ ਸਿੱਖ ਸਭ ਗੁਰ ਅਮਰ ਅਗਾਰੀ, ਇਹ ਸਤਿਗੁਰੂ ਜੀ ਅਸੀਂ ਅੱਜ ਨਹੀਂ, ਪਹਿਲੇ ਦਿਨ ਨਹੀਂ ਤੁਹਾਡੇ ਚਰਨਾਂ 'ਚ ਆਏ, ਅਸੀਂ ਤਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ, ਸ਼੍ਰੀ ਗੋਇੰਦਵਾਲ ਸਾਹਿਬ ਸਤਿਗੁਰਾਂ ਦੀ ਹਜ਼ੂਰੀ ਵਿੱਚੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਸੀ।
ਅਸੀਂ ਗਰੀਬ ਨਿਵਾਜ ਸਾਰੇ ਧੰਨ ਗੁਰੂ ਅਮਰਦਾਸ ਜੀ ਦੇ ਸਮੇਂ ਦੇ ਗੁਰਸਿੱਖੀ ਨੂੰ ਧਾਰਨ ਕਰਨ ਵਾਲੇ ਆਪ ਜੀ ਦੇ ਪਾਵਨ ਦਰ ਦੇ ਸੇਵਕ ਹਾਂ। ਹੱਥ ਜੋਰ ਅਰਦਾਸ ਉਚਾਰੀ। ਅੱਗੇ ਉਪਦੇਸ਼ਿਓ ਉਪਦੇਸ਼ੋ ਹਮਕੋ ਬਿਦ ਏਵਾ। ਹੇ ਸਤਿਗੁਰੂ ਜੀ, ਸਾਨੂੰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਉਪਦੇਸ਼ ਦਿੱਤਾ, ਇਸ ਤਰ੍ਹਾਂ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਧਰਮ ਕਿਰਤ ਕਰ ਸਿੱਖਣ ਸੇਵਾ। ਇਹ ਉਪਦੇਸ਼ ਦਿੱਤਾ ਸੀ ਕਿ ਦਸਾਂ ਨਹੁੰ ਦੀ ਧਰਮ ਦੀ ਕਿਰਤ ਕਰਨੀ ਹੈ ਔਰ ਗੁਰਸਿੱਖਾਂ ਦੀ ਸੇਵਾ ਕਰਨੀ ਹੈ। ਇਹ ਸਾਨੂੰ ਗੁਰੂ ਅਮਰਦਾਸ ਜੀ ਨੇ ਜਦੋਂ ਸਿੱਖੀ ਦਾ ਦਾਨ ਦਿੱਤਾ ਨਾ, ਉਦੋਂ ਇਹ ਸਾਨੂੰ ਉਪਦੇਸ਼ ਬਖਸ਼ਿਸ਼ ਕੀਤੇ ਸਨ। ਮਿੱਠਾ ਬੋਲਣ ਔਰ ਮਨ ਨੀਵਾ। ਮਨ ਨੀਵਾ ਰੱਖਣਾ, ਹਮੇਸ਼ਾ ਹੰਕਾਰ ਨਹੀਂ ਕਰਨਾ ਔਰ ਮਿਠਾਸ ਵਾਲੇ ਐਨ ਨਿਮਰਤਾ ਵਾਲੇ ਮਿੱਠੇ ਬੋਲ ਬਚਨ ਕਰਨੇ ਹਰ ਇੱਕ ਦੇ ਨਾਲ। ਪਾਛਲ ਪਿਛਲੀ ਰਾਤ ਅੰਮ੍ਰਿਤ ਵੇਲੇ ਹਮੇਸ਼ਾ ਵਾਸਤੇ ਰੋਜ਼ਾਨਾ ਇਸ਼ਨਾਨ ਕਰਨਾ ਹੈ ਉੱਠ ਕੇ ਅੰਮ੍ਰਿਤ ਵੇਲੇ। ਹੋਰ ਹੋਤ ਲੱਗ ਪੱਟ ਗੁਰਬਾਨੀ। ਪੈ ਫੜ ਦੀ ਭੋਰ ਦਾ ਅਰਥ ਹੁੰਦਾ ਹੈ ਸੂਰਜ ਚੜ੍ਹਨ ਤੋਂ ਪਹਿਲਾਂ ਜਦੋਂ ਦਿਨ ਚੜ੍ਹ ਜਾਂਦਾ ਹੈ, ਦਿਨ ਸਾਫ਼ ਹੋ ਜਾਂਦਾ ਹੈ, ਰਾਤ ਗੁਜ਼ਰ ਜਾਂਦੀ ਹੈ, ਉਸ ਨੂੰ ਭੋਰ ਦਾ ਵਕਤ ਕਿਹਾ ਜਾਂਦਾ ਹੈ। ਇਸ ਕਰਕੇ ਭੋਰ ਹੋਣ ਤੱਕ ਭਾਵ ਸੁਬਾਹ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਤੁਸੀਂ ਇਸ਼ਨਾਨ ਤੋਂ ਬਾਅਦ ਚੌਂਕੜਾ ਮਾਰ ਕੇ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਨਿਤਨੇਮ ਕਰਨਾ ਹੈ। ਭੋਰ ਕਿਰਤ ਕੀ ਚਹਿਤ ਠਾਨੀ। ਬਹੁਤ ਪ੍ਰੇਮ ਧਾਰ ਕੇ ਫੇਰ ਦਸਾਂ ਨਹੁੰ ਦੀ ਧਰਮ ਦੀ ਕਿਰਤ ਵੀ ਕਰਨੀ ਹੈ। ਇਸੀ ਪ੍ਰਕਾਰ ਕਰਤ ਹਮ ਰਹੇ। ਮਹਾਰਾਜ, ਜਿਵੇਂ ਗੁਰੂ ਅਮਰਦਾਸ ਜੀ ਨੇ ਸਾਨੂੰ ਬਚਨ ਕੀਤੇ, ਉਸੇ ਤਰ੍ਹਾਂ ਅਸੀਂ ਸਤਿਗੁਰਾਂ ਦੇ ਬਚਨਾਂ ਦੀ ਪਾਲਣਾ ਕਰਦੇ ਹੋਏ ਉਸੇ ਤਰ੍ਹਾਂ ਮਹਾਰਾਜ ਸਾਰੇ ਹੁਕਮਾਂ ਨੂੰ ਕਮਾ ਰਹੇ ਹਾਂ। ਤਉ ਸ਼ਾਂਤ ਨਹਿ ਮਨ ਕੋ ਲਹੇ। ਮਹਾਰਾਜ, ਫਿਰ ਵੀ ਸਾਡੇ ਮਨ ਨੂੰ ਸ਼ਾਂਤੀ ਨਹੀਂ ਪ੍ਰਾਪਤ ਹੋਈ, ਮਨ ਸ਼ਾਂਤ ਨਹੀਂ ਹੋਇਆ, ਮਨ ਦੀ ਭਟਕਣਾ ਉਵੇਂ ਹੀ ਬਣੀ ਰਹਿੰਦੀ ਹੈ। ਇੰਨਾ ਕੁਝ ਕਰਨ ਤੋਂ, ਪੂਰੇ ਪੂਰੇ ਬਚਨ ਮੰਨਣ ਤੋਂ ਵੀ ਕਿਰਪਾ ਕਰੋ ਅਬ ਦਿਓ ਉਪਦੇਸ਼। ਕਿਰਪਾ ਕਰਕੇ ਹੁਣ ਸਤਿਗੁਰੂ ਜੀ ਸਾਨੂੰ ਕੋਈ ਐਸਾ ਉਪਦੇਸ਼ ਦਿਓ ਜਿਸ ਤੇ ਮਨ ਹੋਏ ਸ਼ਾਂਤ ਵਿਸ਼ੇਸ਼। ਜਿਸ ਕਰਕੇ ਮਨ ਨੂੰ ਸ਼ਾਂਤੀ ਆ ਜਾਏ, ਮਨ ਟਿਕ ਜਾਏ। ਮਹਾਰਾਜ, ਮਨ ਦੀ ਭਟਕਣਾ ਜਿਹੜੀ ਆ ਮੁੱਕ ਜਾਵੇ ਸਾਡੀ। ਸ੍ਰੀ ਅਰਜਨ ਸੁਣ ਬਾਕ ਬਖਾਨਾ। ਇਹਨਾਂ ਦੀ ਬੇਨਤੀ ਸੁਣ ਕੇ ਧੰਨ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ, ਉਪਦੇਸ਼ ਦੇਣਾ ਕੀਤਾ। ਰਜ ਤਮ ਗੁਣ ਚ ਤਿਆਗ ਨਹਿ ਨਾਨਾ। ਮਹਾਰਾਜ ਕਹਿੰਦੇ ਭਾਈ, ਇੱਕ ਰਜੋ ਗੁਣ ਹੁੰਦਾ, ਇੱਕ ਤਮੋ ਗੁਣ ਹੁੰਦਾ। ਜਿੰਨਾ ਚਿਰ ਰਜੋ ਗੁਣ ਅਤੇ ਤਮੋ ਗੁਣ ਦਾ ਤਿਆਗ ਨਾ ਕੀਤਾ ਜਾਏ, ਹਿਰਦੇ ਸ਼ਾਂਤ ਕੀ ਗੁਣ ਨਹਿ ਧਾਰੋ। ਉਹਨਾਂ ਚਿਰ ਹਿਰਦੇ ਵਿੱਚ ਸ਼ਾਂਤ ਕੀ ਵਾਲਾ ਗੁਣ ਨਹੀਂ ਧਾਰਨ ਹੁੰਦਾ, ਸ਼ਾਂਤੀ ਨਹੀਂ ਹਿਰਦੇ ਵਿੱਚ ਆ ਕੇ ਵਸਦੀ। ਲਗ ਸ਼ਾਂਤ ਨਾ ਭਲੇ ਵਿਚਾਰੋ। ਇਹ ਚੰਗੀ ਤਰ੍ਹਾਂ ਵਿਚਾਰ ਲਓ ਕਿ ਉਹਨਾਂ ਚਿਰ ਕਦੇ ਵੀ ਸ਼ਾਂਤੀ ਨਹੀਂ ਆਉਂਦੀ ਆ ਮਨ ਨੂੰ। ਸੁਣ ਸਿੱਖਣ ਗੁਰ ਪੂਜਨ ਕਰੇ। ਸੁਣ ਕੇ ਸਿੱਖਾਂ ਨੇ ਫਿਰ ਸਤਿਗੁਰੂ ਜੀ ਨੂੰ ਦੁਬਾਰਾ ਪੁੱਛਿਆ ਕਿ ਮਹਾਰਾਜ, ਤੁਹਾਡੇ ਕਹਿਣ ਦਾ ਜੋ ਤਾਤ ਪਰਜ ਹੈ ਉਹ ਸਾਡੀ ਸਮਝ ਵਿੱਚ ਨਹੀਂ ਆਇਆ, ਕਿਰਪਾ ਕਰੋ ਗਰੀਬ ਨਿਵਾਜ ਸਾਨੂੰ ਦੁਬਾਰਾ ਦੱਸਣਾ ਕਰੋ। ਗੁਣਨ ਪ੍ਰੀਖਿਆ ਹਮ ਕਿਮ ਧਰੇ। ਜਿਹੜੇ ਗੁਣਾਂ ਦੀ ਪ੍ਰੀਖਿਆ ਹੈ, ਜਿਹੜੀ ਪਰਖ ਹੈ, ਉਹ ਅਸੀਂ ਕਿਵੇਂ ਧਾਰਨ ਕਰੀਏ।
ਭਾਵ ਸਾਨੂੰ ਇਹਨਾਂ ਗੁਣਾਂ ਦੀ ਪਰਖ ਦਾ ਪਤਾ ਨਹੀਂ ਕਿ ਰਜੋ ਗੁਣ ਤਮੋ ਗੁਣ ਕੀ ਹੁੰਦਾ ਹੈ ਔਰ ਸ਼ਾਂਤਕੀ ਵਾਲਾ ਸੁਭਾਵ ਕੀ ਹੁੰਦਾ ਹੈ। ਸਾਨੂੰ ਆਪ ਕਿਰਪਾ ਕਰਕੇ ਇਹ ਪ੍ਰੀਖਿਆ ਕਰਨ ਦਾ ਢੰਗ ਤਰੀਕਾ ਦੱਸੋ। ਸ੍ਰੀ ਮੁਖ ਤੇ ਕਹਿ ਸੁਣਦੇ ਮਨ ਹੈ। ਸਤਿਗੁਰੂ ਮਹਾਰਾਜ ਜੀ ਸੁਣ ਸ੍ਰੀ ਮੁਖ ਤੇ ਕਹਿ ਸੁਣਦੇ ਮਨ ਹੈ। ਹੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ ਬਖਸ਼ਿਸ਼ ਕਰੋ ਤਾਂ ਇਹਨਾਂ ਦੀ ਬੇਨਤੀ ਸੁਣ ਕੇ ਸੁਭਾਇਮਾਨ ਮੁਖ ਤੋਂ ਸਤਿਗੁਰਾਂ ਨੇ ਬਚਨ ਕੀਤਾ। ਕਹਿਣ ਲੱਗੇ ਭਾਈ ਮਨ ਦੇ ਕੇ ਸੁਣੋ। ਕਈ ਵਾਰੀ ਆਪਾਂ ਸੰਗਤ ਵਿੱਚ ਬੈਠੀ ਦਾ ਹੈ, ਬਚਨ ਚੱਲਦੇ ਹੈ, ਹਵਾ ਵਾਂਗੂ ਕੋਲ ਦੀ ਲੰਘ ਜਾਂਦੇ, ਧਿਆਨ ਹੀ ਨਹੀਂ ਸਾਡਾ ਹੁੰਦਾ। ਧਿਆਨ ਤਾਂ ਹੋਰ ਬੰਨੇ ਲੱਗਿਆ ਹੁੰਦਾ, ਕਈ ਵਾਰੀ ਸੌਂ ਜਾਂਦੇ ਹਾਂ, ਕਈ ਵਾਰੀ ਘਰ ਦੇ ਕੰਮਾਂ ਧੰਦਿਆਂ ਵਿੱਚ ਹੀ ਸਾਡੇ ਖਿਆਲ ਪਰਚੇ ਹੁੰਦੇ ਹੈ। ਸੰਗਤ ਵਿੱਚ ਆ ਕੇ ਸੰਗਤ ਦਾ ਫਲ ਇਸੇ ਕਰਕੇ ਵੱਡਾ ਮੰਨਿਆ ਕਿ ਮਨ ਦੀਆਂ ਬਿਰਤੀਆਂ ਨੂੰ ਰੋਕ ਕੇ ਗੁਰ ਸ਼ਬਦ ਦਾ ਕੀਰਤਨ ਸੁਣਨਾ, ਗੁਰਬਾਣੀ ਗੁਰ ਇਤਿਹਾਸ ਦੀ ਕਥਾ ਇਕਾਗਰਤਾ ਨਾਲ ਸੁਣਨੀ ਕਿ ਇੱਕ ਇੱਕ ਸ਼ਬਦ ਵੀ ਕਿਤੇ ਸਾਡਾ ਸੁਣਿਆ ਹੋਇਆ ਬਿਰਥਾ ਨਾ ਚੱਲਿਆ ਜਾਏ, ਇੱਕ ਇੱਕ ਬਚਨ ਸਾਡੇ ਹਿਰਦੇ ਵਿੱਚ ਵੱਸ ਜਾਏ। ਜੇ ਸੰਗਤ ਜੀ ਮਨ ਦੀ ਇਕਾਗਰਤਾ ਨਹੀਂ ਹੋਊ, ਫਿਰ ਉਹ ਕਹੇ ਹੋਏ ਬਚਨ ਸਾਡੇ ਕੰਨਾਂ ਥਣੀ ਹਿਰਦੇ ਵਿੱਚ ਪ੍ਰਵੇਸ਼ ਨਹੀਂ ਕਰਨਗੇ। ਫਿਰ ਤਾਂ ਸਮਝ ਲਓ ਅਸੀਂ ਕੰਨਾਂ ਵਾਲੇ ਅਤੇ ਮਨ ਦੇ ਦਰਵਾਜ਼ੇ ਬੰਦ ਕੀਤੇ ਹੋਏ ਆ। ਜਿਹੋ ਜਿਹਾ ਸੁਣਿਆ, ਜਿਹੋ ਜਿਹਾ ਨਾ ਸੁਣਿਆ, ਸਤਿਗੁਰੂ ਵੀ ਇੱਥੇ ਕਹਿ ਰਹੇ, ਕਹਿੰਦੇ ਮਨ ਦੇ ਕੇ ਸੁਣੋ, ਧਿਆਨ ਨਾਲ ਸੁਣੋ ਕਿ ਅਸੀਂ ਕੀ ਬਚਨ ਕਰ ਰਹੇ ਹਾਂ। ਹਿੰਸਾ ਕ੍ਰੋਧ ਤਾਮਸੀ ਗੁਣ ਹੈ। ਮਹਾਰਾਜ ਕਹਿੰਦੇ ਜਿਹੜੀ ਹਿੰਸਾ, ਕਿਸੇ ਨੂੰ ਮਾਰਨਾ ਔਰ ਕ੍ਰੋਧ ਗੁੱਸਾ ਕਰਨਾ, ਇਹ ਤਮੋ ਗੁਣ, ਇਹਨੂੰ ਤਾਮਸੀ ਸੁਭਾਅ ਕਿਹਾ ਜਾਂਦਾ ਹੈ। ਇਹ ਤਮੋ ਗੁਣ ਦਾ ਰਿਜ਼ਲਟ ਹੈ। ਇਹ ਤਮੋ ਗੁਣ ਜਦੋਂ ਬੰਦੇ ਦੇ ਅੰਦਰ ਆਉਂਦਾ, ਉਦੋਂ ਉਹਨੂੰ ਕ੍ਰੋਧ ਵੀ ਆਉਂਦਾ ਅਤੇ ਜੀਵਾਂ ਨੂੰ ਮਾਰਨਾ ਵੀ ਉਹਦੇ ਮਨ ਦੇ ਵਿੱਚ ਖਿਆਲ ਪੈਦਾ ਹੁੰਦੇ ਹੈ। ਇਹ ਤਮੋ ਗੁਣ ਦੀ ਅੰਸ਼ ਹੈ। ਕਰਨੋ ਲੋਭ ਹਿਰਦੈ ਅਭਿਮਾਨ। ਔਰ ਹਿਰਦੇ ਦੇ ਵਿੱਚ ਪਦਾਰਥਾਂ ਦਾ, ਮਾਇਆ ਦਾ, ਸੰਸਾਰ ਦੇ ਸੁੱਖਾਂ ਦਾ ਲੋਭ ਕਰਨਾ ਅਤੇ ਹੰਕਾਰੀ ਬਣ ਕੇ ਰਹਿਣਾ, ਮਨ ਵਿੱਚ ਨਿਮਰਤਾ ਨਾ ਧਾਰਨ ਕਰਨੀ, ਹੰਕਾਰ ਰੱਖਣਾ, ਇਹੀ ਰਾਜਸੀ ਗੁਣ ਨ ਪਛਾਣ। ਇਹ ਰਜੋ ਗੁਣ ਦੀ ਨਿਸ਼ਾਨੀ ਹੈ ਕਿ ਮਨ ਵਿੱਚ ਲੋਭ ਪੈਦਾ ਹੋਏ, ਹੰਕਾਰ ਮਨ ਵਿੱਚ ਆ ਜਾਏ। ਅੱਜ ਕੱਲ੍ਹ ਤਾਂ ਹੰਕਾਰੀ ਮਾੜੀ ਮਾੜੀ ਗੱਲ 'ਤੇ ਵੀ ਲੋਕ ਹੰਕਾਰ ਨਾਲ ਭਰੇ ਹੀ ਰਹਿੰਦੇ ਆ, ਨਿਮਰਤਾ ਭਾਵ ਆਉਂਦਾ ਹੀ ਨਹੀਂ ਮਨ ਦੇ ਵਿੱਚ। ਮਹਾਰਾਜ ਕਹਿੰਦੇ ਭਾਈ ਜਦੋਂ ਮਨ ਵਿੱਚ ਲੋਭ ਦੇ ਖਿਆਲ ਆਉਣ, ਮਨ ਵਿੱਚ ਹੰਕਾਰ ਵਾਲੀ ਬਿਰਤੀ ਪੈਦਾ ਹੋਏ, ਇਹ ਰਜੋ ਗੁਣ ਦੀ ਅੰਸ਼ ਹੈ। ਰਜੋ ਗੁਣ ਦੇ ਵਿੱਚੋਂ ਇਹ ਤੁਹਾਡੇ ਮਨ ਵਿੱਚ ਦੋਸ਼ ਆਉਂਦੇ ਹੈ। ਜਿਹੜਾ ਮਿੱਠਾ ਅੰਮ੍ਰਿਤ ਵਰਗੇ ਮਿਠਾਸ ਵਾਲੇ, ਸ਼ਹਿਦ ਵਰਗੇ ਮਿੱਠੇ ਬਚਨ ਬੋਲਣੇ ਹੈ ਔਰ ਨਿਭ ਕੇ ਚੱਲਣਾ, ਨਿਮਰਤਾ ਧਾਰ ਕੇ ਤੁਰਨਾ ਹੈ। ਇਹੀ ਸ਼ਾਂਤ ਕੀ ਹੋ ਸੁਖ ਵਾਲੇ। ਇਹ ਸ਼ਾਂਤ ਕੀ ਸੁਭਾਅ ਵਾਲੇ ਗੁਣ ਹੈ। ਇਸ ਕਰਕੇ ਜਿਹੜਾ ਮਿੱਠਾ ਬੋਲਦਾ ਔਰ ਨਿਭ ਕੇ ਚੱਲਦਾ, ਸਮਝ ਲਓ ਕਿ ਉਹਨਾਂ ਦੇ ਅੰਦਰ ਇਹ ਸਤੋ ਗੁਣ ਵਰਤ ਰਿਹਾ। ਇਹ ਸ਼ਾਂਤ ਕੀ, ਸ਼ਾਂਤ ਦੇਣ ਵਾਲਾ ਇਹ ਸੁਭਾਅ ਹੈ। ਇਹਨਾਂ ਗੁਣਾਂ ਦੇ ਨਾਲ ਮਨ ਨੂੰ ਸ਼ਾਂਤੀ ਆਉਂਦੀ ਹੈ। ਜਿਸ ਆਹਾਰ ਤੇ ਉਤਪਤ ਹੋਏ। ਜਿਸ ਆਹਾਰ ਨਾਮ ਹੁੰਦਾ ਭੋਜਨ ਦਾ। ਸਿਆਣੇ ਕਹਿੰਦੇ ਜੈਸਾ ਅੰਨ ਤੈਸਾ ਮਨ। ਜਿਹੋ ਜਿਹਾ ਅੰਨ ਖਾਓਗੇ,
ਜਿਹੋ ਜਿਹੀ ਖੁਰਾਕ ਖਾਓਗੇ ਉਹੋ ਜਿਹੇ ਮਨ ਵਿੱਚ ਖਿਆਲ ਪੈਦਾ ਹੋਣ ਲੱਗ ਜਾਂਦੇ ਆ। ਬੜਾ ਅਸਰ ਹੈ ਸਾਧ ਸੰਗਤ ਜੀ, ਤੁਹਾਡੇ ਖਾਣ ਪੀਣ 'ਤੇ ਬੜਾ ਮੁਨਸਰ ਕਰਦਾ ਹੈ। ਇਸ ਕਰਕੇ ਕਹਿੰਦੇ ਜਿਸ ਹਾਰ ਜਿਸ ਭੋਜਨ ਤੋਂ ਇਹ ਔਗਣ ਮਨ ਵਿੱਚ ਪੈਦਾ ਹੁੰਦੇ ਹੈ। ਸ਼ਰਵਣ ਕਰੋ ਮਨ ਦੇ ਕਰ ਸੋਏ। ਫਿਰ ਮਹਾਰਾਜ ਕਹਿੰਦੇ ਬਾਰ ਬਾਰ ਕਹਿੰਦੇ ਮਨ ਦੇ ਕੇ ਧਿਆਨ ਨਾਲ ਖਿਆਲ ਨਾਲ ਸੁਣੋ, ਅਸੀਂ ਦੱਸਦੇ ਹਾਂ। ਨਿਸਬਾਸੀ ਚਰਪਰਾ ਜੋ ਖਾਵੇ। ਜਿਹੜਾ ਬੰਦਾ ਰਾਤ ਨੂੰ ਬਹਿਆ ਭੋਜਨ, ਜਿਹੜਾ ਭੋਜਨ ਬਚ ਜਾਏ ਔਰ ਉਹ ਬਚਿਆ ਰਵੇ, ਸਵੇਰੇ ਉੱਠ ਕੇ ਉਹ ਬਾਸੀ ਭੋਜਨ ਬਹਿਆ ਭੋਜਨ ਖਾਵੇ, ਉਹਨੂੰ ਕਈ ਇਲਾਕਿਆਂ ਵਿੱਚ ਬਾਸੀ ਵੀ ਕਿਹਾ ਜਾਂਦਾ, ਆਮ ਸਾਰੇ ਬਹੁਤਾ ਬਹਿਆ ਕਰਕੇ ਕਹਿੰਦੇ ਆ। ਜਿਹੜਾ ਰਾਤ ਨੂੰ ਬਚਿਆ ਭੋਜਨ, ਜਿਹੜਾ ਸਵੇਰੇ ਉੱਠ ਕੇ ਖਾਣਾ, ਇਹ ਬਹਿਆ ਭੋਜਨ। ਚਰਪਰਾ ਬਹੁਤੀਆਂ ਤਿੱਖੀਆਂ ਮਿਰਚ ਮਸਾਲੇ ਖਾਣੇ ਔਰ ਖੱਟਾ ਆਦਿਕ ਜ਼ਿਆਦਾ ਸੇਵਨ ਕਰਨਾ, ਬਹੁਤ ਸੁਪਤ ਹੈ ਪਰ ਨਿੰਦ ਅਲਾਵਾ, ਔਰ ਬਹੁਤਾ ਹੀ ਸੌਈ ਜਾਵੇ, ਸਮੇਂ ਸਿਰ ਉੱਠਣਾ ਨਹੀਂ, ਸਮੇਂ ਸਿਰ ਬਾਣੀ ਨਹੀਂ ਪੜ੍ਹਨੀ, ਸਮੇਂ ਸਿਰ ਸਾਰੀ ਸੇਵਾ ਕਿਰਤ ਵਿਰਤ ਨਹੀਂ ਕਰਨੀ, ਬਹੁਤਾ ਸੁੱਤੇ ਹੀ ਰਹਿਣਾ ਅਤੇ ਪਰਾਇਆਂ ਦੀ ਨਿੰਦਿਆ ਕਰਨੀ, ਹਮੇਸ਼ਾ ਵਾਸਤੇ ਨਿੰਦਿਆ ਹੀ ਕਰੀ ਜਾਣੀ, ਨਿੰਦਿਆ ਹੀ ਕਰੀ ਜਾਣੀ। ਨਿੰਦਕ ਦਾ ਭਾਵ ਇਹੋ ਜਿਹਾ ਹੁੰਦਾ ਕਿ ਨਿੰਦਕ ਆਪਣੇ ਆਪ ਨੂੰ ਚੰਗਾ ਸਮਝਦਾ, ਦੂਜਿਆਂ ਨੂੰ ਬੁਰੇ ਸਮਝਦਾ। ਜਿਹੜੇ ਬੰਦੇ ਦੇ ਅੰਦਰ ਆਪਣੇ ਆਪ ਨੂੰ ਚੰਗਾ ਸਮਝਣ ਦੀ ਲਾਲਸਾ ਨਾ, ਉਹ ਸਾਧ ਸੰਗਤ ਜੀ ਦੂਸਰੇ ਦੀ ਨਿੰਦਿਆ ਕਰਦਾ ਹੀ ਕਰਦਾ। ਇਸ ਕਰਕੇ ਆਪਸ ਕੋ ਜੋ ਭਲਾ ਕਹਾਵੇ ਅਤੇ ਸਹਿ ਭਲਾਈ ਨਿਕਟ ਨਾ ਆਵੇ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਉਹਦੇ ਨੇੜੇ ਤਾਂ ਭਲਿਆਈ ਕਦੇ ਆ ਹੀ ਨਹੀਂ ਸਕਦੀ, ਚੰਗਿਆਈ ਆ ਹੀ ਨਹੀਂ ਸਕਦੀ, ਜਿਹੜਾ ਆਪਣੇ ਆਪ ਨੂੰ ਚੰਗਾ ਸਮਝਦਾ। ਇਸ ਕਰਕੇ ਜਿਹੜਾ ਬੰਦਾ ਦੂਜਿਆਂ ਦੀ ਹਮੇਸ਼ਾ ਨਿੰਦਾ ਕਰਦਾ ਹੈ, ਰੱਖੇ ਆਪਣੋ ਬੇਸ ਮਲੀਨ, ਫਿਰ ਨਾ ਤਾਂ ਇਸ਼ਨਾਨ ਕਰਨਾ, ਨਾ ਬਸਤਰ ਸਾਫ਼ ਪਾਉਣੇ, ਮੈਲੇ ਕੁਚੈਲੇ ਬਸਤਰਾਂ ਵਾਲਾ ਲਿਬਾਸ ਬਣਾ ਕੇ ਰੱਖਣਾ, ਮੈਲੇ ਕੱਪੜੇ ਪਾਉਣੇ। ਬੋਲੇ ਕੂਰ ਸੰਗ ਬੁੱਧਹੀਨ, ਬੁੱਧੀ ਤੋਂ ਹੀਣਾ, ਸਿਆਣਪ ਤੋਂ, ਗਿਆਨ ਤੋਂ, ਸੋਝੀ ਤੋਂ, ਸਮਝ ਸੂਝ ਤੋਂ ਜਿਹੜਾ ਹੀਣਾ ਅਤੇ ਜਿਹੜਾ ਝੂਠ ਬੋਲਦਾ, ਝੂਠ ਇਸੇ ਕਰਕੇ ਬੋਲਣ ਤੋਂ ਵਰਜਿਆ ਜਾਂਦਾ, ਝੂਠ ਬੋਲਣ ਨਾਲ ਮਨ ਸਾਧ ਸੰਗਤ ਜੀ ਪਾਪਾਂ ਦੀ ਮੈਲ ਨਾਲ ਭਰ ਜਾਂਦਾ। ਇਸ ਕਰਕੇ ਜਿਹੜਾ ਝੂਠ ਬੋਲਦਾ, ਹਮੇਸ਼ਾ ਵਾਸਤੇ ਬਸਤਰ ਮੈਲੇ ਰੱਖਦਾ, ਸਾਫ਼ ਨਹੀਂ ਪਾਉਂਦਾ ਔਰ ਨਿੰਦਿਆ ਕਰਦਾ ਹੈ, ਇਸ ਦੇ ਤਾਮਸ ਗੁਣ ਉਪਜੰਤੇ, ਇਹਦੇ ਨਾਲ ਤਮੋ ਗੁਣੀ ਜਿਹੜੇ ਗੁਣ ਹੈ ਨਾ ਅੰਦਰ, ਤਮੋ ਗੁਣੀ ਦੋਸ਼ ਜਿਹੜੇ ਹੈ, ਕ੍ਰੋਧ ਆਦਿਕ, ਉਹ ਐਸੇ ਦੋਸ਼ ਅੰਦਰ ਪੈਦਾ ਹੋ ਜਾਂਦੇ। ਸੰਗਤ ਵਿੱਚ ਆਓ, ਇਸ਼ਨਾਨ ਕਰਕੇ, ਸਾਫ ਬਸਤਰ ਪਾ ਕੇ, ਸੋਹਣੇ ਫੱਬ ਕੇ, ਸੱਜ ਧੱਜ ਕੇ ਆਉਣਾ ਚਾਹੀਦਾ। ਕਈਆਂ ਦਾ ਸੁਭਾਅ ਹੁੰਦਾ ਦਫ਼ਤਰਾਂ ਨੂੰ ਬੜੇ ਸੱਜ ਧੱਜ ਕੇ ਜਾਣਗੇ ਰਿਸ਼ਤੇਦਾਰੀਆਂ 'ਚ, ਅਤੇ ਗੁਰਦੁਆਰੇ ਆਉਣਾ ਨਾ ਚੰਗੀ ਤਰ੍ਹਾਂ ਸਾਫ਼ ਸੁਥਰੇ ਬਸਤਰ ਪਾਉਣੇ, ਨਾ ਚੰਗੀ ਤਰ੍ਹਾਂ ਦਸਤਾਰ ਸਜਾਉਣੀ, ਨਾ ਸਫਾਈ ਨਾਲ ਹੀ ਚੱਲ ਕੇ ਆਉਣਾ। ਭਾਈ ਤੁਸੀਂ ਦੀਨ ਦੁਲੀ ਦੇ ਮਾਲਕ ਦੀ ਹਜ਼ੂਰੀ ਵਿੱਚ ਚੱਲੇ ਹੋ, ਇਹ ਮਨ ਵਿੱਚ ਸੋਚਿਆ ਕਰੋ ਕਿ ਐਨ ਸੁੰਦਰ ਸਾਫ਼ ਸੋਹਣੇ ਸੁਥਰੇ ਬਸਤਰ ਪਾਏ ਹੋਣ, ਸੱਜ ਧੱਜ ਕੇ ਐਨ ਪੂਰੀ ਸਾਦਗੀ ਦੇ ਨਾਲ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਦਰਸ਼ਨ ਕਰਨ ਆਉਣਾ। ਗੁਰੂ ਘਰ ਦੇ ਵਿੱਚ ਸਾਧ ਸੰਗਤ ਜੀ ਸਫਾਈ ਨੂੰ ਬਹੁਤ ਵੱਡੀ ਮਹਾਨਤਾ ਦਿੱਤੀ ਗਈ ਹੈ। ਧੰਨ ਗੁਰੂ
ਨਾਨਕ ਦੇਵ ਜੀ ਤੋਂ ਲੈ ਕੇ ਵੇਖ ਲਓ, ਕਰਤਾਰਪੁਰ ਸਾਹਿਬ ਮਹਾਰਾਜ ਨੇ ਜਦੋਂ ਗੁਰ ਅਸਥਾਨ ਬਣਾਇਆ, ਰੋਜ਼ਾਨਾ ਉਦੋਂ ਧਰਮਸਾਲ ਗੁਰ ਅਸਥਾਨ ਦੇ ਅੰਦਰ ਗੁਰੂ ਅੰਗਦ ਦੇਵ ਜੀ ਨੂੰ ਆਗਿਆ ਸੀ ਕਿ ਰੋਜ਼ਾਨਾ ਪੋਚਾ ਦੇਣਾ। ਉਦੋਂ ਮਿੱਟੀ ਦਾ ਪਰੋਲਾ ਦਿੱਤਾ ਜਾਂਦਾ ਸੀ, ਪਰੋਲਾ ਫੇਰ ਕੇ ਸਾਫ਼ ਰੱਖਣਾ, ਲੰਗਰ ਵੀ ਐਨ ਸਫਾਈ ਨਾਲ ਸੁੱਚਮ ਨਾਲ ਤਿਆਰ ਕਰਨਾ, ਆਲੇ ਦੁਆਲੇ ਫੁਲਵਾੜੀਆਂ ਲਵਾਈਆਂ, ਸੁੰਦਰ ਕਿਆਰੀਆਂ ਬਣਵਾਈਆਂ ਸਤਿਗੁਰੂ ਜੀ ਨੇ। ਫਿਰ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਕਿੰਨੀ ਸਫਾਈ ਦਾ ਪ੍ਰਬੰਧ ਕਰਾਇਆ, ਤੀਜੇ ਪਾਤਸ਼ਾਹ ਨੇ ਗੋਇੰਦਵਾਲ ਸਾਹਿਬ, ਚੌਥੇ ਪਾਤਸ਼ਾਹ ਨੇ ਸ੍ਰੀ ਅੰਮ੍ਰਿਤਸਰ ਸਾਹਿਬ, ਪੰਜਵੇਂ ਪਾਤਸ਼ਾਹ ਜੀ ਨੇ ਸ੍ਰੀ ਤਰਨ ਤਾਰਨ ਸਾਹਿਬ ਅਤੇ ਹੋਰ ਅਸਥਾਨਾਂ 'ਤੇ, ਛੇਵੇਂ ਪਾਤਸ਼ਾਹ ਜੀ ਨੇ ਸ੍ਰੀ ਹਰਗੋਬਿੰਦਪੁਰ ਸਾਹਿਬ ਪਤਾਲਪੁਰੀ ਸਾਹਿਬ, ਸੱਤਵਿਆਂ ਨੇ ਕੀਰਤਪੁਰ ਸਾਹਿਬ, ਇਸੇ ਤਰ੍ਹਾਂ ਅੱਠਵਿਆਂ ਨੇ ਕੀਰਤਪੁਰ ਸਾਹਿਬ ਤੋਂ ਲੈ ਕੇ ਵੱਖ ਵੱਖ ਸਥਾਨਾਂ 'ਤੇ, ਨੌਵਿਆਂ ਨੇ ਬਾਬਾ ਬਕਾਲਾ ਸਾਹਿਬ ਜਦੋਂ ਤਪ ਕਰਦੇ ਭੋਰਾ ਸਾਹਿਬ ਵਿੱਚ, 26 ਸਾਲ 9 ਮਹੀਨੇ 13 ਦਿਨ ਰੋਜ਼ਾਨਾ ਮਿੱਟੀ ਦਾ ਪਰੋਲਾ ਫੇਰ ਕੇ ਸਫਾਈ ਕਰਾਉਣੀ, ਆਪ ਸਾਰੀ ਸਫਾਈ ਦੀ ਨਿਗਰਾਨੀ ਰੱਖਣੀ। ਇੰਨੀ ਤਪੱਸਿਆ ਵਿੱਚ ਦਸਮ ਪਿਤਾ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਸਾਇਆ, ਸਾਰੀ ਕਿਰਪਾ ਕੀਤੀ, ਕਿੰਨੇ ਸਾਫ਼ ਸੁਥਰੇ ਇੰਤਜ਼ਾਮ ਕੀਤੇ ਗਏ, ਅਨੰਦਪੁਰ ਸਾਹਿਬ ਬਾਗ ਲਾਏ ਗਏ, ਬਗੀਚਾ ਲਾਇਆ ਗਿਆ, ਜਿਸ ਦੀ ਸੰਭਾਲ ਭਾਈ ਕੇਸਰਾ ਸਿੰਘ ਜੀ ਮਾਲੀ, ਇਤਿਹਾਸ ਵਿੱਚ ਜ਼ਿਕਰ ਆਉਂਦਾ, ਭਾਈ ਕੇਸਰਾ ਸਿੰਘ ਜੀ ਮਾਲੀ ਸਤਿਗੁਰਾਂ ਦੇ ਬਾਗ ਬਗੀਚਿਆਂ ਦੀ ਸੇਵਾ ਸੰਭਾਲ ਕਰਦੇ। ਇਉਂ ਸਤਿਗੁਰੂ ਜੀ ਨੇ ਆਪ ਇਹ ਖਾਸ, ਨੌਵੇਂ ਪਾਤਸ਼ਾਹ ਜਿੱਥੇ ਜਿੱਥੇ ਜਾਂਦੇ ਕਹਿੰਦੇ ਭਾਈ ਸੰਗਤਾਂ ਦੇ ਜਲ ਛਕਣ ਵਾਸਤੇ ਖੂਹ ਲਾਓ, ਔਰ ਸੰਗਤਾਂ ਨੂੰ ਫਲ ਛਕਾਉਣ ਵਾਸਤੇ ਬਾਗ ਲਾਓ, ਛਾਵੇਂ ਬੈਠਣ ਲਈ ਸ਼ਾਨਦਾਰ ਰੁੱਖ ਲਾਓ, ਫੁੱਲਵਾੜੀਆਂ ਲਾਓ, ਬਾਗ ਬਗੀਚੇ ਲਾਓ, ਕੋਲੋਂ ਮਾਇਆ ਦੇ ਦੇ ਕੇ ਐਡੇ ਵੱਡੇ ਇੰਤਜ਼ਾਮ ਕਰਵਾਉਂਦੇ ਰਹੇ। ਗੁਰੂ ਘਰ 'ਚ ਸਾਫ਼ ਸਫਾਈ ਦਾ ਖਾਸ ਵਿਧਾਨ ਹੈ। ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲੱਖਾਂ ਹੀ ਸੰਗਤ, 1.25 ਲੱਖ ਤੋਂ ਉੱਤੇ ਰੋਜ਼ਾਨਾ ਸੰਗਤ ਦਰਸ਼ਨ ਕਰਨ ਜਾਂਦੀ ਹੈ। ਅੰਮ੍ਰਿਤ ਵੇਲੇ 3 ਵਜੇ ਸਾਧ ਸੰਗਤ ਜੀ, ਜਦੋਂ ਹਰਿਮੰਦਰ ਸਾਹਿਬ ਜੀ ਦਾ ਅੰਮ੍ਰਿਤ ਵੇਲੇ ਲਗਭਗ 12:30 ਤੋਂ ਇਸ਼ਨਾਨ ਦੀ ਸੇਵਾ ਸ਼ੁਰੂ ਹੋ ਜਾਂਦੀ ਹੈ। ਐਨ ਅੰਦਰਲੀ ਵਿਛਾਈ ਕਰਦਿਆਂ ਪਹਿਲੀ ਚੌਂਕੀ 3 ਵਜੇ ਆਰੰਭ ਹੁੰਦੀ ਹੈ, ਫਿਰ ਸਾਰੇ ਪੁਲ ਦਾ ਅਤੇ ਸਾਰੀਆਂ ਪ੍ਰਕਰਮਾਂ ਦਾ, ਅਸਥਾਨਾਂ ਦਾ ਇਸ਼ਨਾਨ ਸੰਗਤ ਕਰਾਉਂਦੀ ਹੈ, ਔਰ ਦਿਨੇ 3 ਵਜੇ ਵੀ ਸਾਰੀ ਪ੍ਰਕਰਮਾਂ ਦੀ, ਇਸ਼ਨਾਨ ਕਰਾਉਣ ਦੀ ਸੇਵਾ। ਇੰਨੀ ਸੰਗਤ ਜਾਂਦੀ ਹੈ ਔਰ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਉੱਥੇ ਹਾਜ਼ਰੀ ਭਰਦੀ ਹੈ, ਪਰ ਸਾਫ਼ ਸਫਾਈ ਕਿੰਨੀ ਸੰਗਤ ਸੇਵਾ ਸੰਭਾਲ ਦੁਆਰਾ ਰੱਖਦੀ ਹੈ ਔਰ ਕਰਦੀ ਹੈ, ਇਹ ਪੂਰਨੇ ਸਤਿਗੁਰੂ ਜੀ ਸਾਨੂੰ ਪਾ ਕੇ ਗਏ ਹੈ। ਇਸ ਲਈ ਮਹਾਰਾਜ ਕਹਿੰਦੇ ਭਾਈ ਜਿਹੜੀਆਂ ਗੱਲਾਂ ਨਾਲ ਤਮੋ ਗੁਣ ਪੈਦਾ ਹੋਵੇ ਉਹ ਨਹੀਂ ਕਦੇ ਕਰਨੀਆਂ। ਜਿਹੜਾ ਬੰਦਾ ਕੱਪੜੇ ਮੈਲੇ ਰੱਖਦਾ, ਬਿਆ ਭੋਜਨ ਖਾਂਦਾ, ਖੱਟਾ ਅਤੇ ਮਿਰਚ ਮਸਾਲੇ ਤਿੱਖੇ ਖਾਂਦਾ, ਝੂਠ ਬੋਲਦਾ, ਨਿੰਦਿਆ ਕਰਦਾ, ਉਹ ਭਾਈ ਉਹਦੇ ਅੰਦਰ ਇਹ ਤਮੋ ਗੁਣ ਪੈਦਾ ਹੋ ਜਾਂਦਾ ਹੈ। ਮਦਰ ਸਲਵਣ ਆਹਾਰ ਕਰਨ ਤੇ ਜਿਹੜਾ ਮਿੱਠਾ ਭੋਜਨ ਖਾਂਦਾ, ਸਲੂਣੇ ਭੋਜਨ ਖਾਂਦਾ ਹੈ, ਭਾਵ ਬਹੁਤ ਘੱਟ ਮਿਰਚ ਮਸਾਲਿਆਂ ਦਾ ਸੇਵਨ ਕਰਦਾ ਹੈ, ਇਸਤਰੀ ਰਮਣ ਸੁਜਸ ਕੋ ਚਾਹ, ਜਿਹੜਾ ਆਪਣਾ ਜਸ ਚਾਹੁੰਦਾ ਕਿ ਮੇਰੀ ਦੁਨੀਆ ਵਿੱਚ ਵਡਿਆਈ ਹੋਵੇ, ਔਰ ਸਪਰਸ਼ ਦਾ ਸੁੱਖ ਬਹੁਤਾ ਭੋਗਣਾ ਚਾਹੁੰਦਾ ਹੈ, ਗੁਣ ਸੋ ਰਾਜਸੀ ਇਸ ਤੇ ਲਹ, ਉਹਦੇ ਅੰਦਰ ਰਜੋ ਗੁਣ ਪੈਦਾ ਹੋ ਜਾਂਦਾ, ਰਾਜਸੀ ਗੁਣ ਇਹਨੂੰ ਕਹਿੰਦੇ ਹੈ,
ਕੇ ਉਹਦੇ ਅੰਦਰ ਰਾਜਸੀ ਬਿਰਤੀ ਆ ਜਾਂਦੀ ਹੈ। ਉਜਲ ਵਸਤਰ ਕਰਨ ਇਸ਼ਨਾਨ, ਹੁਣ ਉਜਲ ਸਾਫ ਸਵੱਛ ਵਸਤਰ ਪਾਉਣੇ ਅਤੇ ਇਸ਼ਨਾਨ ਕਰਨਾ। ਚਾਵਲ ਦਾਲ ਅਲਪ ਕਰ ਖਾਣ, ਚੌਲ ਅਤੇ ਦਾਲ ਇਹ ਥੋੜਾ ਭੋਜਨ ਜਿਹਨੇ ਖਾਣਾ ਹਮੇਸ਼ਾ ਥੋੜੇ ਤੋਂ ਥੋੜਾ। ਹੋਏ ਸ਼ਾਂਤ ਕੀ ਗੁਣੇਨ ਕਰੇ, ਸਾਦੀ ਕਿਰਿਆ ਰੱਖਣੀ ਇਹਦੇ ਨਾਲ ਸਤੋ ਗੁਣ ਪੈਦਾ ਹੁੰਦਾ, ਸ਼ਾਂਤ ਕੀ ਗੁਣ ਆਉਂਦੇ ਐ। ਇਹਨੂੰ ਪ੍ਰੀਖਿਆ ਕੋਏ ਮਧਰੇ, ਇਹਨਾਂ ਦੀ ਪ੍ਰੀਖਿਆ ਇਸ ਤਰ੍ਹਾਂ ਕਰੇ ਆਪਣੇ ਮਨ ਨਾਲ, ਭਾਵ ਸਤੋ ਗੁਣ ਨੂੰ ਬਹੁਤਾ ਧਾਰਨ ਕਰੇ, ਤਮੋ ਗੁਣ ਨੂੰ ਤਿਆਗੇ, ਰਜੋ ਗੁਣ ਨੂੰ ਤਿਆਗੇ। ਇਹਨਾਂ ਦੇ ਤਿਆਗਣ ਦੇ ਸੁਖੈਨ ਢੰਗ ਦੱਸ ਦਿੱਤੇ ਮਹਾਰਾਜ ਜੀ ਨੇ ਵੀ ਆਪਣੀ ਕਿਰਿਆ ਨੂੰ ਸੰਜਮ ਵਿੱਚ ਰੱਖੋ, ਆਪਣਾ ਖਾਣ ਪੀਣ ਪਹਿਨਣ ਗੁਰਮਤ ਦੇ ਅਨੁਸਾਰ ਹੀ ਕਰਨਾ। ਸਾਧ ਸੰਗਤ ਜੀ, ਗੁਰਮੁਖਾਂ ਦੀਆਂ ਇਹ ਨਿਸ਼ਾਨੀਆਂ ਹਨ, ਥੋੜ੍ਹਾ ਸਭਣਾ ਖਾਵਣਾ, ਥੋੜ੍ਹਾ ਬੋਲਣ ਗੁਰਮਤ ਪਾਏ, ਖਾਣਾ ਵੀ ਗੁਰਮਤ ਅਨੁਸਾਰ, ਪਹਿਨਣਾ ਵੀ ਗੁਰਮਤ ਅਨੁਸਾਰ, ਬੈਠਣਾ ਵੀ ਗੁਰਮਤ ਅਨੁਸਾਰ, ਔਰ ਬੋਲਣਾ ਵੀ ਗੁਰਮਤ ਅਨੁਸਾਰ, ਇਹ ਗੁਰੂ ਦੀ ਭੈ ਭਾਵਨੀ ਵਿੱਚ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਪ੍ਰੀਖਿਆ ਇਸ ਤਰ੍ਹਾਂ ਕਰਨੀ ਆਪਣੇ ਮਨ ਦੀ, ਕਿ ਜਦੋਂ ਮਨ ਵਿੱਚ ਤਮੋ ਗੁਣ ਵਾਲੇ ਖਿਆਲ ਪੈਦਾ ਹੋਣ, ਉਦੋਂ ਆਪਣੇ ਖਾਣੇ 'ਤੇ, ਆਪਣੀ ਖੁਰਾਕ 'ਤੇ, ਆਪਣੀ ਰਹਿਣੀ 'ਤੇ ਕੰਟਰੋਲ ਕਰੇ। ਜਦੋਂ ਰਜੋ ਗੁਣ ਪੈਦਾ ਹੋਵੇ ਉਦੋਂ ਵੀ, ਅਤੇ ਸਤੋ ਗੁਣ ਨੂੰ ਜ਼ਿਆਦਾ ਅਧਿਕ ਇਕੱਠਾ ਕਰਨਾ, ਸਤੋ ਸੰਜਾਏ ਅਤੇ ਗਿਆਨਾ, ਜਦੋਂ ਸਤੋ ਗੁਣ ਜ਼ਿਆਦਾ ਅੰਦਰ ਆ ਜਾਏ ਫਿਰ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੁੰਦੀ ਹੈ। ਨਾਲ ਨਾਲ ਸੇਵਾ ਸਿਮਰਨ ਦੀ ਕਮਾਈ ਕਰੇ, ਨਾਮ ਬਾਣੀ ਦੀ ਤਪੱਸਿਆ ਕਰੇ। ਇਸ ਕਰਕੇ ਮਹਾਰਾਜ ਕਹਿੰਦੇ ਇਉਂ ਪਰਖ ਕਰੇ ਆਪਣੇ ਮਨ ਦੀ, ਔਰ ਇਹਨਾਂ ਗੁਣਾਂ ਦੇ ਸਹਿਤ ਇਸ ਤਰ੍ਹਾਂ ਸਾਰੀਆਂ ਇਹਨਾਂ ਵਿਚਾਰਾਂ ਨੂੰ ਧਾਰਨ ਕਰੇ। ਸਨਮੁਖ ਸ਼ਬਦ ਬਦਨ ਦ੍ਰਿਗ ਕਰੀਏ, ਔਰ ਦੇਖੋ ਸੂਖਮ ਖਾਣਾ, ਦਾਲ ਚੌਲ ਭਾਵ ਬਹੁਤ ਹਲਕਾ ਭੋਜਨ ਕਰਨਾ, ਉਜਲ ਵਸਤਰ ਅਤੇ ਇਸ਼ਨਾਨ, ਔਰ ਸ਼ਬਦ ਵੱਲ ਹਮੇਸ਼ਾ ਆਪਣਾ, ਗੁਰ ਸ਼ਬਦ ਵੱਲ, ਬਾਣੀ ਵੱਲ, ਨਾਮ ਵੱਲ, ਸਿਮਰਨ ਵੱਲ ਹਮੇਸ਼ਾ ਵਾਸਤੇ ਆਪਣਾ ਧਿਆਨ ਲਾ ਕੇ ਰੱਖਣਾ, ਔਰ ਆਪਣੇ ਨੇਤਰ ਗੁਰੂ ਦੇ ਸ਼ਬਦ ਦੇ ਸਨਮੁਖ ਰੱਖਣੇ, ਆਪਣੇ ਕੰਨ ਗੁਰੂ ਦਾ ਸ਼ਬਦ ਸੁਣਨ ਵਿੱਚ ਜੋੜ ਕੇ ਰੱਖਣੇ। ਅਰਥ ਵਾਸਤਵ ਸਮਝ ਸੋ ਧਰੀਏ, ਔਰ ਸ਼ਬਦ ਦੇ ਵਾਸਤਵ ਅਰਥਾਂ ਨੂੰ ਸਮਝ ਕੇ ਹਿਰਦੇ ਵਿੱਚ ਧਾਰਨ ਕਰੇ। ਮਨ ਟਿਕ ਰਹੇ ਨਾ ਡੋਲਹ ਜਾਏ, ਔਰ ਇਹ ਸੋਚੇ ਕਿ ਜਦੋਂ ਗੁਰ ਸ਼ਬਦ ਦੀ ਕਮਾਈ ਕਰਨੀ ਹੈ, ਨਿਤਨੇਮ ਕਰਨਾ, ਬਾਣੀ ਪੜ੍ਹਨੀ ਹੈ, ਜਾਪ ਜਾਂ ਸਿਮਰਨ ਕਰਨਾ, ਉਦੋਂ ਮਨ ਟਿਕਿਆ ਰਹੇ, ਕਦੇ ਡੋਲੇ ਨਾ, ਇੱਧਰ ਉੱਧਰ ਨਾ ਭਟਕੇ। ਤੋ ਗੁਣ ਸ਼ਾਂਤਕ ਕੇ ਲਖ ਪਾਏ, ਉਦੋਂ ਜਾਣ ਲਵੇ ਕਿ ਜਦੋਂ ਮਨ ਐਨ ਬਾਣੀ ਵਿੱਚ ਟਿਕਣ ਲੱਗ ਜਾਏ ਨਾ, ਇਕਾਗਰ ਹੋ ਜਾਏ, ਤਾਂ ਸਮਝ ਲਵੇ ਕਿ ਹੁਣ ਸਤੋ ਗੁਣ ਹਿਰਦੇ ਦੇ ਵਿੱਚ ਪ੍ਰਵੇਸ਼ ਕਰ ਗਿਆ, ਸ਼ਾਂਤਕੀ ਵਾਲਾ ਸੁਭਾਅ ਆ ਗਿਆ। ਇਉਂ ਬਈ ਤਾਂ ਕਹਿੰਦੇ ਸਤੋ ਗੁਣ
ਇਹ ਪ੍ਰਾਪਤ ਹੁੰਦਾ ਸ਼ਾਂਤ ਕੀ ਸੁਭਾਅ। ਮਨ ਟਿਕਾ ਢੋਲ ਕਬ ਧਾਵੇ। ਹੋਰ ਮਹਾਰਾਜ ਜੀ ਨੇ ਦੱਸੀ, ਕਹਿੰਦੇ ਹੋਰ ਵੀ ਇਹਦੀ ਪ੍ਰੀਖਿਆ ਹੈ, ਕਦੇ ਮਨ ਡੋਲ ਜੇ ਕਦੇ ਮਨ ਟਿਕ ਜਾਏ ਬਾਣੀ ਵਿੱਚ ਨਾਮ ਵਿੱਚ। ਇਹੀ ਰਾਜਸੀ ਗੁਣ ਅਧਕਾਵੈ। ਇਹ ਰਜੋ ਗੁਣ ਦੀ ਅੰਸ਼ ਦਾ ਅਸਰ ਹੈ, ਕਹਿੰਦੇ ਉਹਦੇ ਅੰਦਰ ਫਿਰ ਬਹੁਤਾ ਰਜੋ ਗੁਣ ਦਾ ਬੋਲਬਾਲਾ ਹੁੰਦਾ ਹੈ। ਜਿਨ ਠਹਿਰੈ ਸਮਝ ਨਾ ਆਵੈ। ਇਹ ਮਨ ਇੱਕ ਮਿੰਟ ਲਈ ਵੀ ਬਾਣੀ ਵਿੱਚ ਟਿਕੇ ਨਾ, ਗੁਰ ਸ਼ਬਦ ਦੀ ਵਿਚਾਰ ਦੀ ਸਮਝ ਨਾ ਆਵੇ। ਇਹੀ ਤਾਮਸੀ ਗੁਣ ਵਰਤਾਵੈ। ਤਾਂ ਕਹਿੰਦੇ ਤਮੋ ਗੁਣ ਦੀ ਨਿਸ਼ਾਨੀ ਹੈ, ਉਹ ਮਨੁੱਖ ਦੇ ਅੰਦਰ ਬਹੁਤਾ ਤਮੋ ਗੁਣ ਵਰਤਦਾ ਹੈ। ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ ਰੇ। ਇਹ ਸਾਰਾ ਤਮੋ ਗੁਣ ਵਾਲਿਆਂ ਦੀ ਹਾਲਤ ਹੈ। ਸਤਿਗੁਰ ਤੇ ਬ੍ਰਿਤ ਹੋਏ ਇਕਾਗਰ। ਜਦੋਂ ਸਤਿਗੁਣ ਸਤੋ ਗੁਣ ਦੁਆਰਾ ਜਦੋਂ ਬਿਰਤੀ ਐਨ ਬਾਣੀ ਵਿੱਚ ਜੁੜ ਜਾਏ, ਮਨ ਡੋਲੇ ਨਾ ਭਟਕੇ ਨਾ, ਐਨ ਇਕਾਗਰ ਹੋ ਜਾਵੇ। ਪ੍ਰਾਪਤ ਆਤਮ ਗਿਆਨ ਉਜਾਗਰ। ਹਿਰਦੇ ਦੇ ਵਿੱਚ ਫਿਰ ਬ੍ਰਹਮ ਗਿਆਨ ਵਾਹਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੋ ਜਾਂਦਾ ਹੈ। ਸ਼ਬਦ ਦੀ, ਨਾਮ ਦੀ, ਬਾਣੀ ਦੀ ਕਮਾਈ ਕਰਦਿਆਂ, ਸੇਵਾ ਕਰਦਿਆਂ ਇੱਕ ਹੋਰ ਸੁਖੈਨ ਸਾਧਨ ਵੀ ਹੈ, ਸੌਖਾ ਸਮਝ ਵਿੱਚ ਆਉਣ ਵਾਲਾ। ਜੇ ਤਮੋ ਗੁਣ ਦੁਆਰਾ ਜ਼ਿਆਦਾ ਮਨ ਮਲੀਨ ਹੈ ਫਿਰ ਕੀ ਕਰੇ, ਸੰਗਤ ਦੇ ਜੂਠੇ ਬਰਤਨ ਮਾਂਜੇ। ਜਿੰਨੇ ਬਰਤਨ ਮਾਂਜੇਗਾ, ਜਿੰਨਾ ਝਾੜੂ ਦਏਗਾ, ਜਿੰਨੇ ਜੋੜੇ ਸਾਫ਼ ਕਰੇਗਾ, ਉਨਾ ਹੀ ਮਨ ਦੇ ਵਿੱਚੋਂ ਐਨ ਇਹ ਮੈਲਾਂ ਆਪਣੇ ਆਪ ਲੈ ਜਾਂਦੀਆਂ, ਮਨ ਲਿਸ਼ਕ ਜਾਂਦਾ। ਫਿਰ ਬਾਣੀ ਵਿੱਚ ਲਾਵੇ। ਜਦੋਂ ਬਾਣੀ ਵਿੱਚ ਲੱਗਿਆ ਮਨ, ਲੰਮਾ ਸਮਾਂ ਜੁੜਿਆ ਰਹੇ, ਕਦੇ ਡੋਲ ਵੀ ਜਾਵੇ, ਫਿਰ ਹੋਰ ਭਗਤੀ, ਹੋਰ ਬਾਣੀ ਦਾ ਅਭਿਆਸ ਕਰੇ। ਇਉਂ ਕਰਦਿਆਂ ਕਰਦਿਆਂ ਫਿਰ ਐਨ ਜਦੋਂ ਮਨ ਜਿੰਨਾ ਚਿਰ ਬੈਠੇ ਚੌਂਕੜਾ ਮਾਰ ਕੇ ਜਾਂ ਤੁਰਦੇ ਫਿਰਦਿਆਂ ਬਾਣੀ ਪੜ੍ਹੀ ਗਏ, ਸਿਮਰਨ ਕਰੀ ਗਏ, ਜਾਪ ਕਰੀ ਗਏ, ਮਨ ਉਖੜੇ ਨਾ, ਮਨ ਐਨ ਜੁੜਿਆ ਰਹੇ, ਤਾਂ ਫਿਰ ਐਨ ਜਦੋਂ ਇਕਾਗਰਤਾ ਵੱਧਦੀ 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 ਸਾਧ ਸੰਗਤ ਦੀ ਸਮਾਧੀ ਵਿੱਚ ਅਫੁਰ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਫਿਰ ਉਹ ਬ੍ਰਹਮ ਗਿਆਨ ਆਦਿਕ ਜਿਹੜੀਆਂ ਬਖਸ਼ਿਸ਼ਾਂ ਹਨ ਇਹ ਬਾਣੀ ਦੀ ਕਮਾਈ ਦੁਆਰਾ ਪ੍ਰਾਪਤ ਹੋ ਜਾਂਦੀਆਂ ਹਨ। ਇਸ ਕਰਕੇ ਕਹਿੰਦੇ ਸਤੋ ਗੁਣ ਦੁਆਰਾ ਫਿਰ ਮਨ ਵਿੱਚ ਵਾਹਿਗੁਰੂ ਦਾ ਗਿਆਨ, ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ। ਜਿਵੇਂ ਸ਼ੀਸ਼ੇ ਵਿੱਚ ਆਪਣਾ ਮੁਖ ਦੇਖ ਲਈਦਾ, ਇਉਂ ਅੰਦਰ ਸ਼ੁੱਧ ਸਰੂਪ ਦੇ ਦਰਸ਼ਨ ਹੋ ਜਾਂਦੇ ਆ, ਸਤਚਿਤ ਆਨੰਦ ਆਤਮ ਸਰੂਪ। ਧਾਰੋ ਸੂਰ ਸੁਨੋ ਕਰ ਪ੍ਰੀਤ। ਇਹ ਸੂਰਮਿਓ ਪ੍ਰੀਤੀ ਧਾਰ ਕੇ ਪ੍ਰੇਮ ਨਾਲ ਇਹਨਾਂ ਗੁਣਾਂ ਨੂੰ ਧਾਰਨ ਕਰੋ। ਵਹਿਰ ਬੈਰੀਅਨ ਲੇ ਇੱਕ ਜੀਤ। ਜਿਵੇਂ ਬਾਹਰਲੇ ਬੈਰੀਆਂ ਨੂੰ ਤੁਸੀਂ ਬਾਹਾਂ ਦੇ ਬਲ ਨਾਲ, ਸਰੀਰਕ ਤਾਕਤ ਨਾਲ, ਸ਼ਸਤਰਾਂ ਦੀ ਮਦਦ ਦੇ ਨਾਲ ਜੰਗ ਭੂਮੀ ਵਿੱਚ ਜਿੱਤਦੇ ਹੋ। ਤਿੰਨਗੋ ਜਸ ਢਾਡੀ ਬੋਗਾਵੈ। ਜਿਹੜੇ ਸੂਰਮੇ ਬਹਾਦਰ ਹੁੰਦੇ ਆ ਨਾ ਯੋਧੇ, ਉਹਨਾਂ ਦਾ ਜਸ ਢਾਡੀ ਗਾਉਂਦੇ ਆ ਦੁਨੀਆਂ ਦੀਆਂ ਸਭਾਵਾਂ ਵਿੱਚ, ਜਿਨ੍ਹਾਂ ਨੇ ਧਰਮ ਦੀ ਖਾਤਰ ਕੁਰਬਾਨੀਆਂ ਦਿੱਤੀਆਂ ਹੁੰਦੀਆਂ, ਸ਼ਹਾਦਤਾਂ ਦਿੱਤੀਆਂ ਹੁੰਦੀਆਂ, ਉਹਨਾਂ ਦਾ ਜਸ ਸੂਰਮੇ ਢਾਡੀ ਗਾਉਂਦੇ ਆ ਦੁਨੀਆਂ ਵਿੱਚ। ਕੇਤਕ ਦਿਨ ਲਓ ਜਗ ਪ੍ਰਗਟਾਵੈ। ਕਿੰਨੇ ਦਿਨ ਸਦਾ ਲਈ ਦੁਨੀਆਂ ਵਿੱਚ ਉਹਨਾਂ ਦਾ ਜਸ ਸੰਸਾਰ ਵਿੱਚ ਪ੍ਰਸਿੱਧ ਹੁੰਦਾ, ਜਿਨ੍ਹਾਂ ਨੇ ਧਰਮ ਦੀ ਖਾਤਰ ਕੁਰਬਾਨੀਆਂ ਦਿੱਤੀਆਂ, ਜਿਵੇਂ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਵਰਗੇ ਯੋਧਿਆਂ ਨੇ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਗੁਰਬਖਸ਼ ਸਿੰਘ ਜੀ ਸਾਹਿਬਜ਼ਾਦਿਆਂ ਨੇ ਧਰਮ ਦੀ ਖਾਤਰ ਸ਼ਹਾਦਤਾਂ ਦਿੱਤੀਆਂ,
ਰਹਿੰਦੀ ਦੁਨੀਆ ਤੱਕ ਉਹਨਾਂ ਦਾ ਜਸ ਗਾਇਆ ਜਾਣਾ ਰਹਿੰਦੀ ਦੁਨੀਆ ਤੱਕ। ਇਸ ਕਰਕੇ ਬਾਹਰੋਂ ਵੈਰੀਆਂ ਤੋਂ ਜਿੱਤਣ ਵਾਲੇ ਜਾਂ ਧਰਮ ਦੀ ਖਾਤਰ ਕੁਰਬਾਨੀਆਂ ਕਰਨ ਵਾਲੇ ਜਿਹੜੇ ਸੂਰਮੇ ਹੁੰਦੇ ਆ, ਮਹਾਰਾਜ ਕਹਿੰਦੇ ਉਹਨਾਂ ਦਾ ਦੁਨੀਆ ਜਸ ਗਾਉਂਦੀ ਹੈ। ਇੱਕ ਮਨ ਰਿਪ ਕੋ ਜੀਤਨ ਕਰ। ਇਸ ਤਰ੍ਹਾਂ ਜਿਹਨਾਂ ਨੇ ਮਨ ਰੂਪ ਵੈਰੀ ਨੂੰ ਜਿੱਤ ਕੇ ਆਪਣੇ ਵਸ ਵਿੱਚ ਕਰ ਲਿਆ। ਤਿੰਨ ਜਸ ਵੇਦ ਸੰਤ ਨਿਤ ਰਰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਦੀ ਮਹਿਮਾ, ਉਹਨਾਂ ਦੀ ਵਡਿਆਈ ਵੇਦ ਵੀ ਕਰਦਾ, ਵੇਦ ਵੀ ਔਰ ਸੰਤ ਵੀ ਪ੍ਰਭੂ ਦੇ ਪਿਆਰੇ ਉਹਨਾਂ ਦਾ ਜਸ ਉਚਾਰਦੇ ਆ, ਉਹਨਾਂ ਦੀ ਮਹਿਮਾ ਉਚਾਰਦੇ ਆ। ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ, ਕਹਿਣਾ ਬੜਾ ਸੌਖਾ, ਤਪੱਸਿਆ ਕਰਮ ਕਾਂਡ ਹੈ, ਫਲਾਨਾ ਸੇਵਾ ਕਰਨੀ ਕਰਮ ਕਾਂਡ ਹੈ, ਬਾਹਮਣਵਾਦ ਹੈ। ਸਾਧ ਸੰਗਤ ਜੀ, ਇਹਨਾਂ ਨੂੰ ਪੁੱਛੋ ਕਦੇ ਚੌਂਕੜਾ ਮਾਰ ਕੇ ਪੰਜ ਬਾਣੀਆਂ ਦਾ ਨਿਤਨੇਮ ਤੁਸੀਂ ਕੀਤਾ? ਕਦੇ ਮੂਲ ਮੰਤਰ ਵਾਹਿਗੁਰੂ ਮੰਤਰ ਦਾ ਤੁਸੀਂ ਜਾਪ ਕੀਤਾ? ਜਾਂ ਜਪਜੀ ਸਾਹਿਬ ਦੇ ਕਦੇ 21 ਪਾਠ, 31 ਪਾਠ, 51 ਪਾਠ, 101 ਪਾਠ ਕੀਤੇ ਆ? ਸੁਖਮਨੀ ਸਾਹਿਬ ਦੇ ਅਕਾਲ ਉਸਤਤ ਦੇ 11-11 ਪਾਠ ਕੀਤੇ ਆ ਕਦੇ? ਧੰਨ ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ, ਨਿਤਨੇਮ ਤੋਂ ਬਿਨਾਂ 11 ਪਾਠ ਅਕਾਲ ਉਸਤਤ ਦੇ, 11 ਪਾਠ ਸੁਖਮਨੀ ਸਾਹਿਬ ਦੇ ਕਰਦੇ ਬਿਨਾਂ ਨਾਗਾ ਨਿਤਨੇਮ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ 11 ਪਾਠ ਸੁਖਮਨੀ ਸਾਹਿਬ ਦੇ ਕਰਕੇ ਰਾਤ ਨੂੰ ਬਰਾੜਦੇ। ਸਾਧ ਸੰਗਤ ਜੀ, ਇਹ ਕਮਾਈਆਂ, ਇਹ ਸਾਧਨਾ ਹੈ। ਗੁਰੂ ਘਰ ਦੇ ਵਿੱਚ ਅਰਦਾਸ ਦੇ ਬਚਨ ਹੈ, ਹੱਠੀਆਂ ਤਪੀਆਂ ਔਰ ਸ਼ਹੀਦਾਂ ਦੀ ਕਮਾਈ ਦਾ ਰੋਜ਼ਾਨਾ ਧਿਆਨ ਧਾਰਨ ਦੀ ਸਾਨੂੰ ਆਗਿਆ ਹੈ। ਇਸ ਕਰਕੇ ਸਾਧ ਸੰਗਤ ਜੀ, ਜਿਨ੍ਹਾਂ ਨੇ ਮਨ ਨੂੰ ਜਿੱਤ ਲਿਆ, ਨਾਮ ਜਪਿਆ, ਧੰਨ ਬਾਬਾ ਸ਼੍ਰੀ ਚੰਦ ਸਾਹਿਬ, 62 ਸਾਲ ਤਪੱਸਿਆ ਕਰਨੀ ਕੋਈ ਸੌਖੀ ਹੈ? ਮਨ ਟਿਕਾਉਣਾ, 62 ਸਕਿੰਟ ਨਹੀਂ ਮਨ ਟਿਕਦਾ, 62 ਸਕਿੰਟ, 62 ਸਾਲ ਮਨ ਉੱਤੇ ਕਿੱਡਾ ਵੱਡਾ ਕੰਟਰੋਲ ਹੋਏਗਾ। ਮਨ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਸੀ, ਇੰਨੀ ਵੱਡੀ ਕਰਨੀ, ਇੰਨੀ ਵੱਡੀ ਘਾਲਣਾ। ਸੋ ਸਾਧ ਸੰਗਤ ਜੀ, ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ, ਨਾਮ ਬਾਣੀ ਸੇਵਾ ਦੇ ਆਸਰੇ, ਸੰਗਤ ਦੇ ਆਸਰੇ, ਵਾਹਿਗੁਰੂ ਦਾ ਜਸ ਗਾਉਂਦਿਆਂ ਗਾਉਂਦਿਆਂ ਨੇ ਮਨ ਨੂੰ ਵਸ ਵਿੱਚ ਕਰ ਲਿਆ, ਉਹਨਾਂ ਦਾ ਜਸ ਵੇਦ ਵੀ ਗਾਉਂਦਾ, ਸੰਤ ਵੀ ਉਹਨਾਂ ਦਾ ਜਸ ਉਚਾਰਦੇ ਆ। ਸੁਣ ਸਾਈਂ ਦਿੱਤਾ ਸੇ ਸਾਧ। ਜਿਹੜਾ ਭਾਈ ਸਾਈਂ ਦਿੱਤਾ ਸਾਧੂ ਸੀ ਨਾ, ਜਦੋਂ ਸਤਿਗੁਰੂ ਜੀ ਦੇ ਉਪਦੇਸ਼ ਉਸ ਨੇ ਸੁਣੇ, ਮਨ ਜੁੱਤ ਲਿਹੇ ਰਿਖੀ ਕਿਨ ਸਾਧ। ਇਹ ਕਮਾਈ ਹੁੰਦੀ ਹੈ ਜਾਂ ਗੁਰੂ ਸਾਹਿਬ ਦੀ ਕਿਰਪਾ ਹੋ ਜਾਏ। ਮਹਾਰਾਜ ਦੇ ਬਚਨ ਕਰਦਿਆਂ ਕਰਦੇ ਮਨ ਜਿੱਤ ਲਿਆ ਉਹਨੇ, ਜਾਂ ਇਉਂ ਕਹੋ ਕਿ ਬਖਸ਼ਿਸ਼ ਹੋਈ ਗੁਰੂ ਅਰਜਨ ਦੇਵ ਜੀ ਦੀ, ਮਹਾਰਾਜ ਜੀ ਨੇ ਉਹਦਾ ਮਨ ਵਸ ਵਿੱਚ ਉਹਦੇ ਕਰ ਦਿੱਤਾ ਉਦੋਂ ਹੀ, ਅਤੇ ਰਖੀਕਨ ਇੰਦਰੀਆਂ ਨੂੰ ਬੰਨ ਲਿਆ, ਆਪਣੇ ਵਸ ਵਿੱਚ ਕਰ ਲਿਆ, ਨੇਤਰਾਂ ਨੂੰ ਪਰਾਇਆ ਰੂਪ ਤੱਕਣ ਵੱਲੋਂ ਰੋਕ ਲਿਆ, ਕੰਨਾਂ ਨੂੰ ਨਿੰਦਿਆ ਸੁਣਨ ਵੱਲੋਂ, ਜ਼ੁਬਾਨ ਨੂੰ ਝੂਠ ਬੋਲਣ ਵੱਲੋਂ, ਹੱਥਾਂ ਨੂੰ ਚੋਰੀ ਕਰਨ ਵੱਲੋਂ, ਪੈਰਾਂ ਨੂੰ ਕਸੰਗਤ ਵਿੱਚ ਜਾਣ ਤੋਂ, ਇਉਂ ਮਨ ਨੂੰ ਅਤੇ ਰਖੀਕ ਇੰਦਰੀਆਂ ਨੂੰ ਨੇ ਵਸ ਲਿਆ, ਸਾਧ ਲਿਆ, ਵਸ ਵਿੱਚ ਕਰ ਲਿਆ। ਤੁਲਸਾ ਸੁਣੋ ਭਗਤ ਸੇ ਦਾਸ। ਔਰ ਜਿਹੜਾ ਭਾਈ ਤੁਲਸਾ ਸੀ,
ਉਹਦੇ ਤੇ ਐਸੀ ਕਿਰਪਾ ਹੋਈ, ਉਹਦੇ ਅੰਦਰ ਨਾਮ ਦਾ, ਬਾਣੀ ਦਾ, ਭਗਤੀ ਦਾ ਪ੍ਰਵਾਹ ਚੱਲ ਪਿਆ, ਗੁਰੂ ਦਾ ਦਾਸ ਬਣ ਗਿਆ ਮਨ ਕਰਕੇ ਤਨ ਕਰਕੇ। ਰਾਮ ਨਾਮ ਬਿਨ ਬਾਧਨ ਸਵਾਸ, ਔਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇੱਕ ਵੀ ਸਵਾਸ ਬਿਰਥਾ ਨਹੀਂ ਕਦੇ ਜਾਣ ਦਿੱਤਾ ਇਹਨਾਂ ਨੇ। ਸ਼ਾਂਤ ਕੀ ਗੁਣ ਬਿਰਧਾਵੋ, ਮਹਾਰਾਜ ਕਹਿੰਦੇ ਭਾਈ ਭਗਤੀ ਦਾਸ ਬਣੋ, ਭਗਤੀ ਦੇ ਨਾਮ ਦੇ ਸਿਮਰਨ ਦੇ ਸਾਰਾ ਕੁਝ ਹੀ ਮਿਲ ਜਾਏਗਾ। ਨਾਮ ਤੋਂ ਬਿਨਾਂ, ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਇੱਕ ਵੀ ਸਵਾਸ ਬਿਰਥਾ ਨਾ ਜਾਣ ਦਿਓ। ਮਹਾਰਾਜ ਕਹਿੰਦੇ ਤੁਹਾਡੇ ਹਿਰਦੇ ਵਿੱਚ ਫਿਰ ਸਤੋ ਗੁਣ ਵੱਧ ਜਾਏਗਾ। ਸ਼ਾਂਤ ਗਿਆਨ ਦਾ ਤਬ ਤੁਮ ਪਾਵੋ, ਫਿਰ ਬ੍ਰਹਮ ਗਿਆਨ ਜਿਹੜਾ ਉਹ ਸਦਾ ਲਈ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਮਨ ਐਨ ਟਿਕ ਜਾਂਦਾ ਸਰੂਪ ਵਿੱਚ, ਉਸ ਆਨੰਦ ਨੂੰ ਤੁਸੀਂ ਪ੍ਰਾਪਤ ਕਰ ਲਓਗੇ। ਪਾਛਲ ਰਾਤ ਮੋਹ ਕੋ ਜਾਲ, ਕਹਿੰਦੇ ਪਿਛਲੀ ਰਾਤ, ਹੁਣ ਅੰਮ੍ਰਿਤ ਵੇਲੇ ਦਾ ਵਿਰੋਧ ਕਰਦੇ ਹੈ, ਆਖੇ ਇਹ ਵੀ ਬ੍ਰਾਹਮਣ ਬਾਦ ਹੈ। ਮਹਾਰਾਜ ਕਹਿੰਦੇ, ਭਾਈ ਗੁਰਦਾਸ ਕਹਿੰਦੇ ਪਿਛਲ ਰਾਤੀ ਉੱਠਣਾ, ਪਹਿਲੀ ਰਾਤ ਉੱਠ ਕੇ ਨਾਮ ਜਪਣਾ, ਭਗਤੀ ਕਰਨੀ, ਬਾਣੀ ਪੜ੍ਹਨੀ, ਸਿਮਰਨ ਕਰਨਾ। ਮਹਾਰਾਜ ਕਹਿੰਦੇ ਪਿਛਲੀ ਰਾਤ ਉੱਠ ਕੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਸਿਮਰਨ ਵਿੱਚ, ਬਾਣੀ ਵਿੱਚ ਜੁੜਨਾ ਤੇ ਨਾਮ ਅਭਿਆਸ ਦੀ ਅਗਨੀ ਵਿੱਚ ਆਪਣੇ ਮੋਹ ਨੂੰ ਸਾੜ ਲਓ ਤੁਸੀਂ। ਸਿੱਖ ਜਾਗਤ ਹੈ ਨਾਮ ਸੰਭਾਲ, ਸਿੱਖ ਜਾਗ ਕੇ ਹਮੇਸ਼ਾ ਹੀ ਦਿਨੇ ਵੀ ਔਰ ਅੰਮ੍ਰਿਤ ਵੇਲੇ ਵੀ ਔਰ ਸਾਰਾ ਦਿਨ ਮਨ ਦੇ ਉੱਤੇ ਪਹਿਰਾ ਦੇਣਾ, ਇਹ ਜਾਗਣਾ ਹੈ, ਨਾਮ ਨੂੰ ਸੰਭਾਲਦਾ ਹੈ। ਸ਼ੁਧਤ ਨਗਨ ਕੋ ਦੇਖੈ ਨਾਹੀ, ਭਾਈ ਕੋਈ ਭੁੱਖਾ ਹੋਵੇ, ਭੁੱਖੇ ਨੂੰ ਤੜਫਦਿਆਂ ਨਹੀਂ ਵੇਖਣਾ, ਉਹਨੂੰ ਲੰਗਰ ਛਕਾਉਣਾ। ਮਹਾਰਾਜ ਕਹਿੰਦੇ ਔਰ ਨੰਗੇ ਨੂੰ ਵਸਤਰ ਦੇਣੇ ਹੈ, ਇਹ ਸੇਵਾ ਕਰਨੀ ਹੈ। ਕਰਾਂ ਕਾਮਨਾ ਪੂਰਨ ਤਾਹੇ, ਭੁੱਖੇ ਨੂੰ ਅੰਨ ਦੇਣ ਦੀ ਉਹਦੀ ਇੱਛਾ ਪੂਰੀ ਕਰਨੀ ਹੈ, ਨੰਗੇ ਨੂੰ ਵਸਤਰ ਦੇਣ ਦੀ ਕਾਮਨਾ, ਇਉਂ ਆਪਣੇ ਵੱਲੋਂ ਧਰਮ ਦੀ ਕਿਰਤ ਕਰਕੇ ਸੇਵਾਵਾਂ ਵੀ ਕਰਨੀਆਂ ਹਨ। ਇੱਕ ਤੇ ਜੇ ਨਾ ਕਾਮਨਾ ਪੂਰਾ, ਕਹਿੰਦੇ ਜੇ ਕੋਈ ਵੱਡਾ ਕਾਰਜ ਤੁਹਾਡੇ ਸਾਹਮਣੇ ਬਹੁਤੇ ਲੋੜਵੰਦ ਆ ਜਾਣ, ਵੀ ਕਿਸੇ ਦਾ ਕੋਈ ਵੱਡਾ ਕਾਰਜ ਹੈ, ਕੋਈ ਧੀਆਂ ਵਿਆਹੁਣ ਵਾਲੀਆਂ, ਕੋਈ ਦੁਨੀਆ ਭੁੱਖੀ ਬੈਠੀ ਹੈ, ਕੋਈ ਨੰਗੇ ਲੋਕ ਬੈਠੇ ਹੈ, ਠੰਡ ਵਿੱਚ ਬਸਤਰ ਨਹੀਂ, ਜੇ ਇਕੱਲਾ ਨਹੀਂ ਕਰ ਸਕਦਾ ਇਹ ਸਾਰੀ ਸੇਵਾ, ਸਭ ਮਿਲ ਕਰ ਤਿਸ ਦਾ ਬੋ ਕਰੇ, ਫਿਰ ਸਾਰੇ ਮਿਲ ਕੇ ਆਪਣੀ ਕਿਰਤ ਕਮਾਈ ਵਿੱਚੋਂ ਹਿੱਸਾ ਪਾ ਕੇ ਭੁੱਖਿਆਂ ਨੂੰ ਅੰਨ ਦਿਓ, ਨੰਗਿਆਂ ਨੂੰ ਵਸਤਰ ਦਿਓ, ਇਉਂ ਸਾਰੇ ਮਿਲ ਕੇ ਫਿਰ ਸੇਵਾ ਕਰੋ, ਮਹਾਰਾਜ ਜੀ ਨੇ ਸਿਖਾਇਆ ਹੈ। ਸਤ ਸੰਗਤ ਮਗਵਾ ਸਮ ਹੋਏ, ਜਿਹੜੀ ਸੰਗਤ ਹੁੰਦੀ ਹੈ ਬੱਦਲ ਦੀ ਤਰ੍ਹਾਂ ਹੁੰਦੀ ਹੈ, ਨੀਵੇਂ ਹੋਏ ਕਰ ਬਰਖਤ ਸੋਏ, ਔਰ ਨੀਵੀਂ ਹੋ ਕੇ ਜਿਵੇਂ ਬੱਦਲ ਨੀਵੇਂ ਹੋ ਕੇ ਵਰਖਾ ਕਰਦੇ ਹੈ, ਜਿਹੜਾ ਸੰਗਤ ਵਿੱਚ ਨੀਵਾਂ ਹੋ ਕੇ ਜਾਂਦਾ ਨਾ, ਨਿਮਰਤਾ ਧਾਰ ਕੇ, ਸੰਗਤ ਉਹਨਾਂ ਉੱਤੇ ਸਾਰੀਆਂ ਬਖਸ਼ਿਸ਼ਾਂ ਦੀ ਵਰਖਾ ਕਰ ਦਿੰਦੀ ਹੈ, ਸੰਗਤ ਵਿੱਚੋਂ ਸਭ ਕੁਝ ਮਿਲ ਜਾਂਦਾ, ਸੰਗਤ ਕਾਮ ਧੇਨ ਗਊ ਹੈ, ਇਉਂ ਭਾਈ ਸੰਗਤ ਦਾ ਪ੍ਰਤਾਪ ਹੈ, ਸਭ ਕੁਝ ਹੀ ਸੰਗਤ ਵਿੱਚੋਂ ਮਿਲਦਾ। ਜਿਵੇਂ ਬੱਦਲ ਨੀਵੇਂ ਹੋ ਕੇ ਵਰਖਾ ਕਰਦੇ ਹੈ, ਇਉਂ ਮਨ ਨੂੰ ਵੀ ਨੀਵਾਂ ਕਰਕੇ ਸੰਗਤ ਵਿੱਚ ਜਾਣਾ ਹੈ। ਦੋਏ ਸਮੇਂ ਧਰਮਸ਼ਾਲਾ ਜਾਵੋ, ਮਹਾਰਾਜ ਕਹਿੰਦੇ ਦੋ ਸਮੇਂ ਅੰਮ੍ਰਿਤ ਵੇਲੇ ਤੇ ਸ਼ਾਮ ਨੂੰ ਗੁਰਦੁਆਰੇ ਧਰਮਸ਼ਾਲ ਗੁਰ ਅਸਥਾਨ ਸਤਸੰਗਤ ਵਿੱਚ ਜਾਣਾ ਹੈ। ਪੁਰਬ ਦਿਵਸ ਗੁਰ ਦੇਖਣ ਆਵੋ, ਜਦੋਂ ਪੁਰਬ ਹੋਵੇ, ਗੁਰਪੁਰਬ ਖਾਸ ਜਿਵੇਂ ਦਸਾਂ ਪਾਤਸ਼ਾਹੀਆਂ ਦੇ ਗੁਰਪੁਰਬ ਹੈ, ਉਹਨਾਂ ਦਿਨਾਂ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਣਾ ਹੈ ਚੱਲ ਕੇ। ਦੀਪਮਾਲ ਬੈਸਾਖੀ ਜਾਨ, ਇਹ ਸਿੱਖਾਂ ਦੇ ਦਿਹਾੜੇ ਹੈ, ਦੀਪਮਾਲਾ ਦੀਵਾਲੀ ਤੇ, ਵੈਸਾਖੀ ਕੱਲ੍ਹ ਹੀ ਵੈਸਾਖੀ ਦਾ ਦਿਹਾੜਾ ਲੰਘ ਕੇ ਹਟਿਆ,
ਵੈਸਾਖੀ ਵਾਲੇ ਦਿਨ ਅਤੇ ਦੀਵਾਲੀ ਵਾਲੇ ਦੀਪਮਾਲੇ ਦਿਨ ਤੇ ਸਾਧ ਸੰਗਤ ਜੀ ਵਿਸ਼ੇਸ਼ ਤੌਰ ਤੇ ਆਨ ਸੁਦਾ ਸਰ ਕਰੋ ਸਨਾਨ। ਹੁਣ ਜਿਹੜਾ ਬੰਦੀ ਛੋੜ ਦਿਵਸ ਹੈ ਤਾਂ ਛੇਵੇਂ ਪਾਤਸ਼ਾਹ ਜੀ ਤੋਂ ਆਰੰਭ ਹੋਇਆ ਜਦੋਂ ਮਹਾਰਾਜ ਗਵਾਲੀਅਰ ਦੇ ਕਿਲੇ ਤੋਂ ਆਏ। ਪਰ ਦੀਵਾਲੀ ਦੇ ਉੱਤੇ ਤੇ ਵਿਸਾਖੀ ਦੇ ਉੱਤੇ ਦਰਸ਼ਨ ਕਰਨ ਦੀ, ਸਰੋਵਰ ਵਿੱਚ ਇਸ਼ਨਾਨ ਕਰਨ ਦੀ ਆਗਿਆ ਗੁਰੂ ਅਰਜਨ ਦੇਵ ਜੀ ਦੇ ਰਹੇ ਹੈ। ਇਹ ਜੋੜ ਮੇਲੇ ਸਤਿਗੁਰਾਂ ਨੇ ਆਰੰਭ ਕੀਤੇ ਆ। ਸਾਧ ਸੰਗਤ ਜੀ ਮੱਸਿਆ ਹੋਈ, ਪੁੰਨਿਆ ਹੋਈ, ਸੰਗਰਾਂਦ ਹੋਈ, ਇਹ ਸਿੱਖ ਦਿਹਾੜੇ ਆ। ਇਹ ਬ੍ਰਾਹਮਣਵਾਦ ਨਹੀਂ ਹੈ, ਇਹ ਸਿੱਖ ਦਿਹਾੜੇ ਆ। ਸਿੱਖ ਇਹਨਾਂ ਦਿਨਾਂ ਵਿੱਚ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਜੁੜਦੇ ਆ, ਦਰਸ਼ਨ ਕਰਦੇ ਆ, ਸੰਗਤ ਕਰਦੇ ਆ, ਸੇਵਾ ਕਰਦੇ। ਮਨ ਜਿਹੜੀ ਮਨ ਦੇ ਵਿੱਚ ਮੈਲ 24 ਘੰਟਿਆਂ ਵਿੱਚ ਜੰਮਦੀ ਹੈ ਨਾ, ਉਹ ਦੋ ਟਾਈਮ ਗੁਰੂ ਸਾਹਿਬ ਦੇ ਦਰਸ਼ਨ ਕਰਨ ਨਾਲ ਲੈ ਜਾਂਦੀ ਹੈ। ਜਿਹੜੀ ਹੋਰ ਅਧਿਕ ਜੰਮੀ ਹੋਵੇ ਉਹ ਮਹੀਨੇ ਮਹੀਨੇ ਵਿਸ਼ੇਸ਼ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜਾਓ, ਸਰੋਵਰ ਵਿੱਚ ਇਸ਼ਨਾਨ ਕਰੋ, ਦਰਸ਼ਨ ਕਰੋ। ਇਉਂ ਇਹ 15-15 ਦਿਨ ਦਾ ਵਖਵਾ ਆ ਜਾਂਦਾ। ਮੱਸਿਆ ਨੂੰ ਜਾਊਂਗੇ, ਪੁੰਨਿਆ ਨੂੰ ਜਾਊਂਗੇ, ਸੰਗਰਾਂਦ ਨੂੰ, 15-15 ਦਿਨਾਂ ਬਾਅਦ ਦਰਸ਼ਨ ਹੋਈ ਜਾਂਦੇ ਆ, ਨਿਯਮ ਬਣ ਜਾਂਦਾ ਸਾਧ ਸੰਗਤ ਜੀ। ਇਸ ਕਰਕੇ ਗੁਰੂ ਕੇ ਦਰਸ਼ਨ ਕਰਨ ਲਈ ਇਹ ਸਿੱਖ ਦਿਹਾੜੇ ਸਤਿਗੁਰੂ ਨੇ ਆਪ ਕਾਇਮ ਕੀਤੇ ਹੈ। ਵੈਸਾਖੀ ਅਤੇ ਦੀਪ ਮਾਲਾ ਤੇ ਮਹਾਰਾਜ ਕਹਿੰਦੇ ਭਾਈ 6-6 ਮਹੀਨਿਆਂ ਬਾਅਦ ਜ਼ਰੂਰ ਆਉਣਾ ਹੈ। ਹੋਰ ਸੁਲਤਾਨ ਆਨ ਸੁਦਾ ਸਰ ਕਰੋ ਇਸ਼ਨਾਨ। ਸੁਦਾ ਸਰ ਅੰਮ੍ਰਿਤਸਰ ਸਾਹਿਬ ਆ ਕੇ ਇਸ਼ਨਾਨ ਕਰਨਾ, ਵਿਸਾਖੀ ਨੂੰ ਵੀ, ਦੀਪ ਮਾਲਾ ਨੂੰ ਵੀ, ਇਉਂ ਆ ਕੇ ਇਸ਼ਨਾਨ ਕਰਨਾ ਅਤੇ ਦਰਸ਼ਨ ਕਰਨੇ ਹੈ। ਇਸ ਤਰ੍ਹਾਂ ਫਿਰ ਹੋਰ ਸੁਲਤਾਨ ਮੇਲ ਸਿੱਖ ਭਾਰਾ। ਇਉਂ ਸੁਲਤਾਨਪੁਰ ਸਾਹਿਬ ਦੇ ਰਹਿਣ ਵਾਲੇ ਸਿੱਖਾਂ ਵਿੱਚ ਸਤਿਗੁਰੂ ਜੀ ਨੇ ਸ਼ੁਭ ਗੁਣ ਭਰੇ, ਉਹਨਾਂ ਦੇ ਉੱਤੇ ਮਹਾਨ ਬਖਸ਼ਿਸ਼ਾਂ ਕੀਤੀਆਂ। ਭਾਰੀ ਗਿਣਤੀ ਦੇ ਵਿੱਚ ਸੁਲਤਾਨਪੁਰ ਸਾਹਿਬ ਰਹਿਣ ਵਾਲੇ ਸਿੱਖਾਂ ਦਾ ਜੋੜ ਮੇਲ ਬਣ ਗਿਆ। ਕਰਿਓ ਗੁਰੂ ਨੇ ਭਗਤ ਭੰਡਾਰਾ। ਇਉਂ ਗੁਰੂ ਸਾਹਿਬ ਨੇ ਭਗਤੀ ਦਾ ਭੰਡਾਰ ਬਖਸ਼ ਦਿੱਤਾ ਇਹਨਾਂ ਨੂੰ, ਭਗਤੀ ਦੇ ਖੁੱਲ੍ਹੇ ਭੰਡਾਰੇ ਇਹਨਾਂ ਦੀ ਝੋਲੀ ਵਿੱਚ ਪਾ ਦਿੱਤੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਐਸੀਆਂ ਮਹਾਨ ਰਹਿਮਤਾਂ ਕੀਤੀਆਂ। ਸੰਗਤ ਜੀ ਹੁਣ ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ, ਸੋ ਆਪ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ, ਸ਼ਰਧਾ ਨਾਲ ਆ ਕੇ ਹਾਜ਼ਰੀ ਭਰੀ ਹੈ। ਮੈਂ ਸਮੁੱਚੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਮੈਨੇਜਰ ਸਰਦਾਰ ਨਿਸ਼ਾਨ ਸਿੰਘ ਜੀ ਦਾ, ਇਹਨਾਂ ਅਸਥਾਨਾਂ ਦੇ ਹੈੱਡ ਗ੍ਰੰਥੀ ਸਾਹਿਬਾਨਾਂ ਦਾ, ਰਾਗੀ ਸਿੰਘਾਂ ਦਾ, ਸੇਵਾਦਾਰਾਂ ਸਾਹਿਬਾਨਾਂ ਦਾ, ਸਭ ਦਾ ਹੀ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ। ਭਾਈ ਸਾਹਿਬ ਭਾਈ ਗੁਰਮਿੰਦਰ ਸਿੰਘ ਜੀ ਚਾਵਲਾ, ਜੋ ਬੜੇ ਪੁਰਾਣੇ ਸਮੇਂ ਤੋਂ ਫੈਡਰੇਸ਼ਨ ਦੇ ਵਿੱਚ ਸੇਵਾ ਕਰਦੇ ਆ ਰਹੇ ਹੈ, ਉਹਨਾਂ ਦਾ ਵੀ ਬੜਾ ਭਾਰੀ ਯੋਗਦਾਨ ਹੈ। ਇਸੇ ਤਰ੍ਹਾਂ ਤਿੱਬਣ ਨਗਰ ਤੋਂ ਭਾਈ ਦਵਿੰਦਰ ਸਿੰਘ ਜੀ, ਉਹਨਾਂ ਦੇ ਨਾਲ ਹੋਰ ਸਿੰਘਾਂ ਦਾ ਵੀ ਬੜਾ ਭਾਰੀ ਇਹਨਾਂ ਸਮਾਗਮਾਂ ਵਿੱਚ ਯੋਗਦਾਨ ਹੈ। ਸਤਿਕਾਰਯੋਗ ਦਮਦਮੀ ਟਕਸਾਲ ਦੇ ਪ੍ਰਸਿੱਧ ਵਿਦਵਾਨ ਗਿਆਨੀ ਪਰਵਿੰਦਰਪਾਲ ਸਿੰਘ ਜੀ ਬੁੱਟਰ, ਉਹਨਾਂ ਨੇ ਵੀ ਵੱਧ ਚੜ੍ਹ ਕੇ ਇਹਨਾਂ ਸਮਾਗਮਾਂ ਦੇ ਵਿੱਚ ਸੰਗਤਾਂ ਨੂੰ ਉਤਸ਼ਾਹਿਤ ਕੀਤਾ ਅਤੇ ਹਰ ਤਰ੍ਹਾਂ ਦੇ ਪ੍ਰੋਗਰਾਮ ਬਣਾਏ। ਸੋ ਸਾਰੀਆਂ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸੰਗਤਾਂ ਨੂੰ ਬੇਨਤੀ ਹੈ ਭਾਈ 1 ਜੂਨ ਤੋਂ ਲੈ ਕੇ 6 ਜੂਨ ਤੱਕ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼ਹੀਦੀ ਘੱਲੂਘਾਰੇ ਦੇ ਹਫ਼ਤੇ ਦੇ ਰੋਜ਼ਾਨਾ ਦੀਵਾਨ ਸਜਿਆ ਕਰਨੇ, ਸ਼ਾਮ ਨੂੰ 3 ਵਜੇ ਤੋਂ ਲੈ ਕੇ 5:30 ਵਜੇ ਤੱਕ ਉਹਨਾਂ ਘੱਲੂਘਾਰਾ ਹਫ਼ਤੇ ਦੇ ਸ਼ਹੀਦੀ ਦੀਵਾਨਾਂ ਵਿੱਚ ਵੀ ਤੁਸੀਂ ਦਰਸ਼ਨ ਦੇਣੇ ਹੈ।
6 ਜੂਨ ਨੂੰ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਭਾਰੀ ਸ਼ਹੀਦੀ ਸਮਾਗਮ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਯਾਦ ਵਿੱਚ ਜੂਨ 84 ਦੇ ਸ਼ਹੀਦਾਂ ਦੀ ਯਾਦ ਵਿੱਚ ਉਹ ਸ਼ਹੀਦੀ ਸਮਾਗਮ ਹੋਣੇ ਆ। ਉਹਨਾਂ ਸਮਾਗਮਾਂ ਵਿੱਚ ਇਸ ਇਲਾਕੇ ਦੀ ਸੰਗਤ ਨੇ ਹੁੰਮ ਹੁਮਾ ਕੇ ਪਹੁੰਚਣਾ। ਜੇਕਰ ਪ੍ਰਬੰਧ ਕਰ ਸਕੋ ਤਾਂ ਬਹੁਤ ਧੰਨਵਾਦ, ਜੇ ਨਾ ਤੁਹਾਡੇ ਕੋਲੋਂ ਸੰਗਤਾਂ ਨੂੰ ਲਿਆਉਣ ਦਾ ਇੰਤਜ਼ਾਮ ਹੋ ਸਕੇ ਤਾਂ ਗਿਆਨੀ ਪਰਵਿੰਦਰਪਾਲ ਸਿੰਘ ਜੀ ਬੁੱਟਰ ਜਾਂ ਮੈਨੇਜਰ ਸਾਹਿਬ ਨਾਲ ਸੰਪਰਕ ਕਰ ਲਿਓ। ਸੰਗਤਾਂ ਨੂੰ ਲਿਜਾਣ ਦਾ, ਉੱਥੇ ਹਾਜ਼ਰੀ ਭਰਾ ਕੇ ਵਾਪਸ ਛੱਡਣ ਦਾ ਪ੍ਰਬੰਧ ਵੀ ਕੀਤਾ ਜਾਏਗਾ। ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕੋ, ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਨਸ਼ਿਆਂ ਦਾ ਤਿਆਗ ਕਰੋ, ਜਿਨ੍ਹਾਂ ਨੇ ਰੋਮ ਕਟਾਏ ਸਾਬਤ ਸੂਰਤ ਕੇਸ ਰੱਖੋ, ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਆਪਣਾ ਜੀਵਨ ਸਫਲ ਕਰੋ। ਇਹ ਮਹਾਨ ਤਪੋ ਭੂਮੀ ਹੈ, ਧੰਨ ਗੁਰੂ ਅਰਜਨ ਦੇਵ ਜੀ ਦੇ ਇੱਥੇ ਚਰਨ ਪਏ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਪਏ, ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਵੱਲੋਂ ਬਖਸ਼ੇ ਨਾਮ ਦੀ। ਬਾਬਾ ਜੀ ਦੇ ਗੁਰੂ ਧੰਨ ਗੁਰੂ ਨਾਨਕ ਸਾਹਿਬ ਔਰ ਪਿਤਾ ਵੀ ਧੰਨ ਗੁਰੂ ਨਾਨਕ ਸਾਹਿਬ, ਜਿਹੜਾ ਮੂਲ ਮੰਤਰ ਵਾਹਿਗੁਰੂ ਮੰਤਰ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਖਸ਼ਿਆ, ਉਹੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਬਖਸ਼ਿਆ। ਉਸੇ ਨਾਮ ਦੀ ਕਮਾਈ ਉਹਨਾਂ ਨੇ 62 ਸਾਲ ਇਸ ਧਰਤੀ 'ਤੇ ਰਹਿ ਕੇ ਕੀਤੀ। ਕਿੰਨਾ ਇਸ ਸੰਸਾਰ ਦਾ ਭਲਾ ਉਹਨਾਂ ਮਹਾਂਪੁਰਖਾਂ ਨੇ ਕੀਤਾ। ਇਸ ਸੰਸਾਰ ਦੇ ਕੋਨੇ ਕੋਨੇ ਵਿੱਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਝੰਡੇ ਝੁਲਾਏ ਉਹਨਾਂ ਨੇ। ਸਾਧੂ ਭੇਜ ਭੇਜ ਕੇ ਗੁਰੂ ਨਾਨਕ ਸਾਹਿਬ ਜੀ ਦੇ 6ਵੇਂ ਪਾਤਸ਼ਾਹ ਜੀ ਤੱਕ ਉਹਨਾਂ ਦਾ ਸਰੀਰ ਰਿਹਾ। ਇਉਂ 6 ਸਤਿਗੁਰਾਂ ਤੱਕ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਉਹਨਾਂ ਮਹਾਂਪੁਰਖਾਂ ਨੇ, ਬਾਬਾ ਜੀ ਨੇ ਬਹੁਤ ਵੱਡੀ ਘਾਲਣਾ ਘਾਲੀ ਹੈ। ਐਵੇਂ ਅਗਿਆਨਤਾ ਬਸ ਜਾਂ ਜਾਣ ਬੁੱਝ ਕੇ ਇੱਕੋ ਹੀ ਰੱਟ ਨਿੰਦੇ ਵਾਲੀ ਅਸੀਂ ਫੜ ਲਈ ਹੈ। ਸਾਧ ਸੰਗਤ ਜੀ ਖਿਮਾ ਕਰਨੀ, ਸਿੱਖਾਂ 'ਚ ਹੰਕਾਰ ਬਿਰਤੀ ਬਹੁਤ ਭਾਰੂ ਹੋ ਗਈ ਹੈ। ਝੁਕਣਾ ਤਾਂ ਜਾਣ ਦੇਣੀ, ਇੰਨਾ ਹੰਕਾਰ ਸਾਡੇ ਵਿੱਚ ਦਿਨ ਬ ਦਿਨ ਭਰੀ ਜਾਂਦਾ ਨਾ, ਇਹ ਹੰਕਾਰ ਸਾਨੂੰ ਸਾਧ ਸੰਗਤ ਜੀ ਲੈ ਡੁੱਬੇਗਾ। ਨਿਮਰਤਾ ਰੱਖੋ, ਗੁਰੂ ਸਾਹਿਬਾਨਾਂ ਦੀਆਂ ਕਰਨੀਆਂ ਦਾ, ਜਿਨ੍ਹਾਂ ਮਹਾਂਪੁਰਖਾਂ ਨੇ, ਜਿਨ੍ਹਾਂ ਸ਼ਹੀਦਾਂ ਨੇ, ਜਿਨ੍ਹਾਂ ਸੰਤਾਂ ਭਗਤਾਂ ਨੇ ਐਡੇ ਐਡੇ ਮਹਾਨ ਪਰਉਪਕਾਰ ਕੀਤੇ ਹੈ, ਉਹਨਾਂ ਦੇ ਪਰਉਪਕਾਰ ਨਾ ਭੁੱਲੋ, ਉਹਨਾਂ ਨੂੰ ਯਾਦ ਰੱਖੋ, ਉਹਨਾਂ ਨੂੰ ਵਿਸਰੋ ਨਾ, ਉਹਨਾਂ ਦੀ ਨਿੰਦਿਆ ਨਾ ਕਰੋ। ਜੇ ਤੁਹਾਨੂੰ ਰੱਬ ਨੇ ਇਹ ਕਿਰਪਾ ਨਹੀਂ ਕੀਤੀ ਕਿ ਉਹਨਾਂ ਦਾ ਜਸ ਨਹੀਂ ਕਰ ਸਕਦੇ, ਘੱਟੋ ਘੱਟ ਪਾਪ ਦੇ ਭਾਗੀ ਤਾਂ ਨਾ ਬਣੋ ਨਿੰਦਿਆ ਕਰਕੇ। ਇਸ ਕਰਕੇ ਨਿੰਦਿਆ ਤੋਂ ਬਚੋ, ਹੰਕਾਰ ਤੋਂ ਬਚੋ, ਔਰ ਆਪਣੇ ਵੱਡਿਆਂ ਦਾ ਸਨਮਾਨ ਕਰੋ ਜਿਨ੍ਹਾਂ ਨੇ ਐਡੀ ਵੱਡੀ ਸਾਡੇ ਉੱਤੇ ਮਹਾਨ ਘਾਲਣਾ ਘਾਲੀ। ਸਾਧ ਸੰਗਤ ਜੀ, ਕਿੱਥੇ ਰਸ਼ੀਆ ਵਰਗੇ ਮੁਲਕ ਸਮੁੰਦਰਾਂ ਦੇ ਕਿਨਾਰਿਆਂ 'ਤੇ ਜਾ ਜਾ ਕੇ ਉਦਾਸੀਨ ਭੇਖਦੇ ਸਾਧੂਆਂ ਨੇ ਗੁਰ ਅਸਥਾਨ ਬਣਾਏ, ਸਿੱਖੀ ਦੇ ਪ੍ਰਚਾਰ ਦੇ ਕੇਂਦਰ ਬਣਾਏ ਉਹਨਾਂ ਸਤਿਪੁਰਸ਼ਾਂ ਨੇ। ਅੱਜ ਕਈ ਕਈ 100 ਸਾਲ ਬਾਅਦ ਜਾ ਕੇ ਉਹ ਥਾਵਾਂ ਲੱਭ ਰਹੀਆਂ। ਮਾਮੂ ਸ਼ਹਿਰ ਵਰਗੇ ਰਸ਼ੀਆ ਦੇ ਵਿੱਚ ਸਾਧ ਸੰਗਤ ਜੀ ਉੱਥੇ ਜਾ ਜਾ ਕੇ ਉਹਨਾਂ ਮਹਾਂਪੁਰਖਾਂ ਨੇ ਗੁਰੂ ਨਾਨਕ ਸਾਹਿਬ ਦੇ ਨਿਸ਼ਾਨ ਸਾਹਿਬ ਚਲਾਏ। ਇਸ ਲਈ ਆਪਾਂ ਗੁਰਮੁਖਾਂ ਵਾਲੀ ਬਿਰਤੀ ਬਣਾਈਏ, ਮਨਮੁਖਾਂ ਵਾਲੀ ਬਿਰਤੀ ਦਾ ਤਿਆਗ ਕਰੋ। ਗੁਰੂ ਸਾਹਿਬ ਕੋਲੋਂ ਅਸੀਂ ਤਾਂ ਉਹਨਾਂ ਦੇ ਚਰਨਾਂ ਦੀ ਖਾਕ ਦੇ ਤੁੱਲ ਨਹੀਂ ਹੋ ਸਕਦੇ ਕਦੇ ਭੁੱਲ ਕੇ ਵੀ, ਅਸੀਂ ਤਾਂ ਉਹਨਾਂ ਦੀਆਂ ਅਸੀਸਾਂ ਪ੍ਰਾਪਤ ਕਰੀਏ ਜਿਨ੍ਹਾਂ ਨੇ ਇੰਨੀਆਂ ਕਮਾਈਆਂ ਕੀਤੀਆਂ। ਸਾਧ ਸੰਗਤ ਜੀ, ਕਿਤੇ ਗੁਰਸਿੱਖ ਇੱਕ ਥਾਂ 'ਤੇ ਬੈਠ ਕੇ
ਵਾਹਿਗੁਰੂ ਦਾ ਨਾਮ ਜਪਦਾ ਨਾ, ਭਗਤੀ ਕਰਦਾ, ਉਹ ਧਰਤੀ ਤੀਰਥ ਬਣ ਜਾਂਦੀ ਹੈ। ਜਿੱਥੇ 62 ਸਾਲ ਉਹਨਾਂ ਮਹਾਂਪੁਰਖਾਂ ਨੇ ਤਪ ਕੀਤਾ, ਉਹ ਕੋਈ ਤੀਰਥ ਨਾਲੋਂ ਘੱਟ ਜਗ੍ਹਾ। ਇਹ ਤਾਂ ਗੁਰ ਤੀਰਥ ਹੈ ਜਿੱਥੇ 5ਵੇਂ ਗੁਰੂ ਸਾਹਿਬ, 6ਵੇਂ ਗੁਰੂ ਸਾਹਿਬ ਨੇ ਚਰਨ ਪਾਏ। 5ਵੇਂ ਪਾਤਸ਼ਾਹ 6 ਮਹੀਨੇ ਲਗਾਤਾਰ ਇੱਥੇ ਚਰਨ ਪਾ ਕੇ ਰੱਖੇ। ਸੋ ਭਾਈ, ਇੱਥੇ ਵੱਧ ਤੋਂ ਵੱਧ ਆਪਾਂ ਹਾਜ਼ਰੀਆਂ ਭਰਨੀਆਂ, ਸੇਵਾਵਾਂ ਕਰਨੀਆਂ, ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਨਾ, ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਹੋਰ ਸੁਲਤਾਨ ਮੇਲ ਸਿੱਖ ਭਾਰਾ, ਕਰਿਓ ਗੁਰੂ ਨੇ ਭਗਤ ਭੰਡਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।